ਇਹ ਵਾਲੀ ਗੱਲ ਸਾਨੂੰ ਇਹ ਦਰਸਾਉਂਦੀ ਹੈ ਕਿ ਸਾਡੇ ਘਰਾਂ ਦੇ ਵਿੱਚ ਇਹ ਕੋਈ ਗੜਬੜ ਹੈ ਔਰ ਇਸ ਗੜਬੜ ਦੇ ਕਾਰਨ ਅਸੀਂ ਲੂਜ਼ਰ ਤਾਂ ਹਾਂ ਪਰ ਆਪਣਾ ਜ਼ਬਰਦਸਤੀ ਜਸਟੀਫਾਈ ਕਰਾਈ ਜਾ ਰਹੇ ਹਾਂ ਜ਼ਬਰਦਸਤੀ ਜਸਟੀਫਾਈ ਕਰਾਈ ਜਾ ਰਹੇ ਹਾਂ ਦੁਨੀਆ ਪੀਂਦੀ ਹੈ ਕਿ ਨਹੀਂ ਪੀਂਦੀ ਪਰ ਮੈਨੂੰ ਨਹੀਂ ਪਤਾ ਲੇਕਿਨ ਮੇਰਾ ਮੈਕਸੀਮਮ ਉੱਠਣਾ ਬੈਠਣਾ ਆਉਣ ਜਾਣ ਸਿੱਖਾਂ ਵਿੱਚ ਹੈ ਅਤੇ ਮੈਨੂੰ ਬੜਾ ਅਫਸੋਸ ਲੱਗਦਾ ਜਦੋਂ ਮੈਨੂੰ ਇਹ ਵਾਲਾ ਸੀਨ ਸੁਣਾਉਣਾ ਪੈਂਦਾ ਕਿ ਬੈਂਕੋਕ ਵਿੱਚ ਆਪਣੇ ਅਮੈਰੀਕਨ ਬਾਇਰ ਨੂੰ ਮੈਂ ਉਡੀਕ ਰਿਹਾ ਸੀ ਔਰ ਮੇਰਾ ਅਮੈਰੀਕਨ ਬਾਇਰ ਲੇਟ ਆਇਆ ਅਤੇ ਮੈਂ ਬਾਹਰ ਖੜਾ ਖੜਾ ਉੱਥੇ ਏਅਰਪੋਰਟ 'ਤੇ ਉਡੀਕ ਰਿਹਾ ਅਤੇ ਇੱਕ ਬੰਦਾ ਅੰਦਰੋਂ ਰੇਹੜੀ ਲੈ ਕੇ ਆਉਂਦਾ ਕਸਟਮ ਦੇ ਉੱਥੇ ਗ੍ਰਿਲ ਲੱਗੀ ਹੋਈ ਹੈ ਉਸ ਗ੍ਰਿਲ ਤੋਂ ਅੰਦਰ ਖੜ੍ਹਾ ਹੈ ਔਰ ਅਸੀਂ ਵਿਜ਼ਿਟਰਸ ਦੀ ਵੇਟ ਕਰ ਰਹੇ ਹਾਂ ਜਿਤਨੇ ਵੀ ਪੈਸੰਜਰਸ ਨੇ ਤਾਂ ਉਹ ਮੈਨੂੰ ਕਹਿੰਦਾ ਸਰਦਾਰ ਜੀ ਜੌਨੀ ਵਾਕਰ ਅੰਦਰ ਸਸਤੀ ਹੈ ਕਿ ਬਾਹਰ ਮੈਨੂੰ ਪਤਾ ਨਹੀਂ ਸੀ ਇਟ ਵਾਜ਼ ਅਬਾਊਟ 1983 ਮੈਨੂੰ ਪਤਾ ਨਹੀਂ ਸੀ ਪਰ ਹੁਣ ਮੈਨੂੰ ਪਤਾ ਹੈ ਪਰ ਮੈਂ ਉਹਨੂੰ ਕਿਹਾ ਜੌਨੀ ਵਾਕਰ ਮਹਿਮੂਦ ਮੁਕਰੀ ਇਹ ਕਿਆ ਬੋਲ ਰਹੇ ਹਾਂ ਨਹੀਂ ਜੌਨੀ ਵਾਕਰ ਵਿਸਕੀ ਬਾਹਰ ਸਸਤੀ ਹੈ ਕਿ ਅੰਦਰ ਮੈਂ ਕਿਹਾ ਮੁਝਕੋ ਮਾਲੂਮ ਨਹੀਂ ਹੈ ਉਹਨੇ ਆਪਣੀ ਰੇਹੜੀ ਛੋੜੀ ਜਿਹਨੂੰ ਉਹ ਬ੍ਰੇਕ ਲਗਾ ਕੇ ਪੁਸ਼ ਕਰਦੇ ਨੇ ਉਹ ਰੇਹੜੀ ਤੋਂ ਦੋਨੋਂ ਹੱਥ ਚੁੱਕ ਕੇ ਇੱਥੇ ਮਾਰ ਕਹਿੰਦਾ ਉਹ ਮੈਨੇ ਸੋਚਿਆ ਸਰਦਾਰ ਜੀ ਖੜੇ ਆ ਸਰਦਾਰ ਜੀ ਕੋ ਤੋਂ ਪਤਾ ਹੀ ਹੋਊਗਾ ਮੈਨੂੰ ਖਿਮਾ ਕਰਨਾ ਅੱਜ ਅਸੀਂ ਬਾਣੀ ਪੜ੍ਹਨ ਵਾਲੇ ਸਿੱਖ ਦਸਤਾਰਾਂ ਪੱਗਾਂ ਬੰਨਣ ਵਾਲੇ ਸਿੱਖ ਗੁਰੂ ਨਾਨਕ ਸਾਹਿਬ ਜੋ ਸਾਰੀ ਦੁਨੀਆ ਨੂੰ ਇੱਕ ਸੱਚ ਦੱਸਣਾ ਚਾਹੁੰਦੇ ਨੇ ਗੁਰੂ ਨਾਨਕ ਦੇ ਨਾਮ ਲੇਵਾ ਸਿੱਖ ਵਾਈ ਵੀ ਆਰ ਪਾਪੂਲਰ ਲਾਈਕ ਦੈਟ ਜਿਸ ਮਨੁੱਖ ਕੋਲ ਪੁੱਛੋ ਇੱਕ ਪੈਗ ਚੱਲੇਗਾ ਨਾ ਕਿਸੇ ਦੇ ਘਰ ਜਾਓ ਜੀ ਇੱਕ ਪੈਗ ਚੱਲੇਗਾ ਨਾ ਮੈਂ ਕਿਹਾ ਨਹੀਂ ਕੁਛ ਤਾਂ ਲਓਗੇ ਨਾ ਥੋੜ੍ਹਾ ਜਿਹਾ ਪਲੀਜ਼ ਅੱਧਾ ਸਹੀ ਅੱਛਾ ਬੋਲੋ ਨਾ ਨੀਟ ਚੱਲੇਗੀ ਕਿ ਫਲਾਣੀ ਫਲਾਣੀ ਉਹ ਕਿਸਮਤ ਦੱਸਦੇ ਨੇ ਮੈਨੂੰ ਫਿਰ ਬੋਟਲ ਵਿਖਾਉਂਦੇ ਨੇ ਫਿਰ ਕਿਸ ਤਰ੍ਹਾਂ ਅੱਛਾ ਕਰਦੇ ਹਾਂ ਕੋਕ ਵਿੱਚ ਤੁਹਾਨੂੰ ਥੋੜ੍ਹੀ ਮਿਕਸ ਕਰ ਦਿੰਦੇ ਹਾਂ ਇਫ ਯੂ ਡੋਂਟ ਮਾਇੰਡ ਤਾਂ ਮੈਂ ਹੈਰਾਨ ਹੁੰਦਾ ਜਦੋਂ ਉਹਨਾਂ ਨੂੰ ਪੂਰੀ ਤਰ੍ਹਾਂ ਮਨਾ ਕੀਤਾ ਜਾਂਦਾ ਨਾ ਹੈ ਸਿੱਖ ਹੋ ਕੇ ਤੁਸੀਂ ਨਹੀਂ ਪੀਂਦੇ ਮੈਂ ਕਿਹਾ ਇਜ਼ ਇਟ ਰਿਟਨ ਇਨ ਗੁਰੂ ਗ੍ਰੰਥ ਸਾਹਿਬ ਔਰ ਇਜ਼ ਇਟ ਰਿਟਨ ਇਨ ਅਕਾਲ ਤਖਤ ਦੀ ਰਹਿਤ ਮਰਿਆਦਾ ਨੋ ਵੇਅਰ ਅਕਾਲ ਤਖਤ ਦੀ ਰਹਿਤ ਮਰਿਆਦਾ 'ਚ ਵੀ ਮਨਾ ਹੈ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਮਨਾ ਹੈ ਅਤੇ ਖੰਡੇ ਕੀ ਪੌਲ ਜੇ ਛਕ ਲਓ ਤਾਂ ਉਹਦੇ 'ਚ ਵੀ ਨਸ਼ਾ ਮਨਾ ਹੈ ਤੁਹਾਨੂੰ ਕਿਸਨੇ ਕਹਿ ਦਿੱਤਾ ਕਿ ਸਿੱਖ ਦੀ ਡੈਫੀਨੇਸ਼ਨ ਇਟ ਇਜ਼ ਮਸਟ ਬਿਕੋਜ਼ ਯੂ ਵਾਂਟ ਟੂ ਡਰਿੰਕ ਪਰ ਮੈਂ ਤਾਂ ਉਸ ਸਿੱਖ ਨੂੰ ਜਾਣਦਾ ਜਿਹੜਾ ਆਰਮੀ ਵਿੱਚ ਅੰਮ੍ਰਿਤਪਾਨ ਕੀਤਾ ਹੋਇਆ ਅਤੇ ਉਸ ਦਾ ਬੌਸ ਉਸ ਨੂੰ ਕਹਿੰਦਾ ਇਹ ਪੇਟੀ ਉਠਾ ਕੇ ਲੈ ਕੇ ਜਾਓ ਆਪਣੇ ਬੌਸ ਦਾ ਕਹਿਣਾ ਮੰਨਣ ਵਾਸਤੇ ਉਸਨੇ ਪੇਟੀ ਚੁੱਕੀ ਪਰ ਚੁੱਕਣ ਤੋਂ ਪਹਿਲਾਂ ਉਸਨੇ ਖੋਲ੍ਹ ਕੇ ਵੇਖੀ ਪੇਟੀ ਵਿੱਚ ਸ਼ਰਾਬ ਦੀਆਂ ਬੋਟਲ ਸੀ ਇਹ ਕਹਿੰਦਾ ਮੈਂ ਨਹੀਂ ਲੈ ਕੇ ਜਾਵਾਂਗਾ ਉਹਦਾ ਬੌਸ ਉਸਨੂੰ ਕਹਿੰਦਾ ਇਹ ਡੰਡਾ ਲੈ ਲੈ ਡੰਡੇ ਨਾਲ ਉਹਨੂੰ ਇੰਝ ਐਂਕਰ ਕਰਕੇ ਤੂੰ ਇੰਝ ਮੋਢੇ 'ਤੇ ਲਗਾ ਕੇ ਲੈ ਜਾ ਡੋਂਟ ਟੱਚ ਇਟ ਉਹ ਕਹਿੰਦਾ ਆਪਣੇ ਬੌਸ ਨਾਓ ਸੀ ਹਿਸ ਡੇਅਰਨੈਸ ਸੱਚੇ ਮਨੁੱਖ ਦੀ ਤਾਕਤ ਦੇਖੋ ਸੱਚੇ ਮਨੁੱਖ ਦਾ ਨਿਡਰਤਾ ਔਰ ਨਿਰਭਉ ਵਾਲਾ ਪੱਖ ਵੇਖੋ ਨੌਕਰੀ ਦਾ ਡਰ ਨਹੀਂ ਪਤਾ ਉਸਨੂੰ ਆਪਣੇ ਬੌਸ ਨੂੰ ਕੀ ਕਹਿੰਦਾ ਚਾਹੇ ਕੋਰਟ ਮਾਰਸ਼ਲ ਹੋ ਜਾਏ ਮੈਂ ਇਸਕੋ ਨਹੀਂ ਉਠਾ ਕੇ ਲੈ ਕੇ ਜਾਊਂਗਾ ਉਹਦਾ ਬੌਸ ਕਹਿੰਦਾ ਕਿਉਂ ਕਹਿੰਦਾ ਇਸ ਪੇਟੀ ਦੇ ਅੰਦਰ ਬੋਟਲਸ ਦੇ ਅੰਦਰ ਮੇਰੇ ਵਰਡ ਨੂੰ ਖਿਮਾ ਕਰਨਾ ਉਸਨੇ ਕਿਹਾ ਜੇਕਰ ਮੈਂ ਮਲ ਮੂਤਰ ਭਰ ਦਿਆਂ ਔਰ ਤੁਹਾਨੂੰ ਕਹਾਂ ਕਿ ਤੁਸੀਂ ਸਟਿੱਕ ਦੇ ਨਾਲ ਚੁੱਕ ਲੈ ਜਾਓ ਤੁਸੀਂ ਲੈ ਜਾਓਗੇ ਇਸੇ ਤਰੀਕੇ ਨਾਲ ਮੈਂ ਇਸ ਨੂੰ ਚੁੱਕ ਕੇ ਨਹੀਂ ਲਿਜਾ ਸਕਦਾ ਉਸਦਾ ਬੌਸ ਹੀ ਵਾਸ ਸਟੰਟ ਫੋਰ ਏ ਵਾਈਲ ਜਿਹੜੇ ਸੋਚਦੇ ਨੇ ਨਾ ਸੋਸਾਇਟੀ ਵਾਸਤੇ ਜਿਹੜੇ ਸੋਚਦੇ ਨਾ ਬਿਜ਼ਨਸ ਦੀ ਡੀਲ ਮਿਲੇਗੀ ਜਿਹੜੇ ਸੋਚਦੇ ਨੇ ਨਾ ਕਿ ਸਾਡਾ ਵਾਧਾ ਹੋ ਜਾਏਗਾ ਅਸੀਂ ਸੋਸਾਇਟੀ 'ਚ ਬੜੇ ਮਾਡਰਨ ਕਾਊਂਟ ਹੋ ਜਾਵਾਂਗੇ ਉਹਨਾਂ ਦੇ ਬਾਰੇ ਉਹਨਾਂ ਦੇ ਦੱਸ ਇਨਫੋਰਮੇਸ਼ਨ ਵਾਸਤੇ ਇਹ ਟਰੂ ਸਟੋਰੀ ਹੈ ਕਿ ਉਸਦੇ ਬੌਸ ਨੇ ਉਸ ਨੂੰ ਹਟਾਉਣ ਦੇ ਬਦਲੇ ਉਸਦੀ ਪ੍ਰਮੋਸ਼ਨ ਕਰ ਦਿੱਤੀ ਇੱਕ ਸੇਲ ਟੈਕਸ ਦੇ ਵੀਰ ਜੀ ਵਕੀਲ ਮੈਨੂੰ ਕਹਿੰਦੇ ਨੇ ਹੋਰ ਸਭ ਕੁਝ ਪਸੰਦ ਹੈ ਪਰ ਮੇਰਾ ਨਾ ਕਿੱਤਾ ਇੰਝ ਹੈ ਮੇਰਾ ਕੰਮ ਇੰਝ ਹੈ ਮੈਨੂੰ ਜਿਹਨਾਂ ਲੋਕਾਂ ਦੀ ਫਾਈਲ ਪਾਸ ਕਰਾਉਣੀ ਹੈ ਜਾਂ ਜਿਹੜੇ ਅਫਸਰਾਂ ਕੋਲ ਜਾਣਾ ਉਹਨਾਂ ਨਾਲ ਪੀਣੀ ਪੈਂਦੀ ਹੈ ਉਹਨਾਂ ਨਾਲ ਬੈਠਣਾ ਪੈਂਦਾ ਮੈਂ ਦੱਸੋ ਕੀ ਕਰਾਂ
ਮੇਰਾ ਬਿਜ਼ਨਸ ਡਾਊਨ ਹੋ ਜਾਏਗਾ, ਮੈਨੂੰ ਕੇਸਿਸ ਘੱਟ ਮਿਲਣਗੇ, ਦਿਸ ਐਂਡ ਦੈਟ। ਬਟ ਫੋਰਚੂਨੇਟਲੀ ਪਤਾ ਨਹੀਂ ਉਹ ਕਿਸ ਤਰ੍ਹਾਂ ਕਨਵਿੰਸ ਹੋ ਗਏ, ਮੈਂ ਉਹਨਾਂ ਨੂੰ ਕਨਵਿੰਸ ਕਰਾਉਣ 'ਚ ਸਕਸੈਸ ਹੋ ਗਿਆ। ਮੈਂ ਉਹਨਾਂ ਨੂੰ ਕਿਹਾ ਤੁਸੀਂ ਇੰਝ ਕਰੋ, ਤੁਸੀਂ ਨਾ ਜਿਹੜੀ ਵਕੀਲਾਂ ਦੀ ਬਾਰ ਹੈ ਨਾ ਉਹਦੇ ਵਿੱਚ ਬੈਠ ਕੇ ਨਾ ਆਸਤਾ ਆਸਤਾ ਕਹੋ ਕਿ ਮੈਂ ਨਹੀਂ ਪੀਂਦਾ। ਤੁਸੀਂ ਇਸ ਗੱਲ ਵਾਸਤੇ ਮਸ਼ਹੂਰ ਹੋ ਜਾਓ ਕਿ ਅਫਸਰਾਂ ਨੂੰ ਵੀ ਪਤਾ ਲੱਗ ਜਾਏ, ਕਲਾਇੰਟਸ ਨੂੰ ਵੀ ਪਤਾ ਲੱਗ ਜਾਏ ਅਤੇ ਸਾਰੇ ਵਕੀਲਾਂ ਨੂੰ ਵੀ ਪਤਾ ਲੱਗ ਜਾਏ। ਉਹਨੇ ਮੈਨੂੰ ਨਾ 6 ਮਹੀਨੇ ਬਾਅਦ ਆ ਕੇ ਦੱਸਿਆ, ਵੀਰ ਜੀ ਮੇਰਾ ਬਿਜ਼ਨਸ ਵੱਧ ਗਿਆ। ਮੈਂ ਕਿਹਾ ਕਿਸ ਤਰ੍ਹਾਂ? ਕਹਿੰਦਾ ਉਸ ਦਿਨ ਤੋਂ ਨਾ ਮੈਂ ਇਸ ਤਰੀਕੇ ਦੀ ਪ੍ਰੈਕਟਿਸ ਕੀਤੀ ਤਾਂ ਹੁਣ ਮੈਂ ਜਿਸ ਅਫਸਰ ਕੋਲ ਫਾਈਲ ਲੈ ਕੇ ਜਾਂਦਾ ਉਹ ਮੈਨੂੰ ਕਹਿੰਦਾ ਅਰੇ ਸਰਦਾਰ ਜੀ ਆਪ ਤੋਂ ਬੜੇ ਯਾਰ, ਆਪ ਤੋਂ ਮਰਦ ਹੈ ਯਾਰ, ਪੀਣੀ ਆਪਣੇ ਛੋੜ ਦੀ ਯਾਰ, ਆਪ ਤੋਂ ਕਮਾਲ ਕੇ ਹੈ। ਉਹ ਕਹਿੰਦਾ ਹੈ ਕਿ ਜਦੋਂ ਮੈਂ ਲੋਕਾਂ ਦੇ ਵਿੱਚ ਇਸ ਤਰ੍ਹਾਂ ਮਸ਼ਹੂਰ ਹੋ ਗਿਆ, ਮੇਰੇ ਕਲਾਇੰਟਸ ਵੀ ਹੋਰ ਕਲਾਇੰਟਸ ਨੂੰ ਜਾ ਕੇ ਕਹਿੰਦੇ ਨੇ ਵਰਡ ਆਫ ਮਾਊਥ ਕਿ ਇੱਕ ਬਾਕਾ ਬੰਦਾ ਵੇਖਿਆ, ਇੱਕ ਓਨੈਸਟ ਬੰਦਾ ਵੇਖਿਆ, ਇੱਕ ਮਰਦ ਵੇਖਿਆ ਜਿਹੜਾ ਨਾ ਪੀਣੀ ਛੱਡ ਗਿਆ ਅਤੇ ਸੱਚਾ ਜੀਵਨ ਜੀਂਦਾ, ਉਹ ਤੁਹਾਡਾ ਕੇਸ ਢੰਗ ਨਾਲ ਪਲੀਟ ਕਰ ਸਕੇਗਾ। ਅਫਸਰ ਨੂੰ ਵੀ ਕਨਵਿੰਸ ਕਰਾ ਲਿਆ ਅਤੇ ਕਲਾਇੰਟ ਨੂੰ ਵੀ ਕਨਵਿੰਸ ਕਰਾ ਲਿਆ, ਮੇਰਾ ਬਿਜ਼ਨਸ ਵੱਧ ਗਿਆ। ਥੈਂਕ ਯੂ ਵੈਰੀ ਮੱਚ। ਕਰ ਕਰਨੀ ਕਸ ਪਾਈ ਹੈ, ਇਹ ਕਰਨੀ ਸਾਨੂੰ ਪਤਾ ਨਹੀਂ ਹੈ, ਵੀ ਹੈਵ ਨੋਟ ਟੇਸਟਿਡ ਦਿਸ, ਸਾਨੂੰ ਉਹਦੇ ਆਫਟਰ ਇਫੈਕਟਸ ਪਤਾ ਨਹੀਂ ਨੇ। ਸਾਡੇ ਕੋਲ ਕਿਉਂਕਿ ਗਿਆਨ ਨਹੀਂ ਹੈ ਇਸ ਕਰਕੇ ਅਸੀਂ ਉਸ ਝੂਠ ਦੇ ਨਾਲ ਜੁੜੇ ਹੋਏ ਹਾਂ, ਪਰ ਸਾਨੂੰ ਪਤਾ ਨਹੀਂ ਕਿ ਜੇ ਇਹ ਇੱਕ ਪੈਗ ਜਿਹੜਾ ਰਾਤੀ ਪੀ ਕੇ ਸਵੇਰੇ ਉਤਰ ਜਾਂਦਾ ਉਹਦੇ ਨਾਲ ਇਤਨੇ ਜੇ ਬੈਨੀਫਿਟਸ ਨੇ, ਤਾਂ ਜੇ ਇੱਕ ਗੁਰੂ ਨਾਨਕ ਸਾਹਿਬ ਦਾ ਜਿਹੜਾ ਬਾਬਾ ਮਨ ਮਤਵਾਰੋਂ ਨਾਮ ਰਸ ਪੀਵੇ ਵਾਲਾ ਇੱਕ ਵਾਰੀ ਪੈਗ ਸਮਝ ਆ ਗਿਆ, ਉਹ ਸਾਰੀ ਉਮਰ ਨਹੀਂ ਉਤਰੇਗਾ, ਸਾਰੀ ਉਮਰ ਉਤਰੇਗਾ ਨਹੀਂ, ਬਲਕਿ ਕੀ ਹੋਏਗਾ, ਤੁਹਾਡੇ ਨੇੜਿਓਂ ਜਿਹੜਾ ਲੰਘ ਜਾਏਗਾ ਉਸ ਨੂੰ ਵੀ ਇਹ ਨਸ਼ਾ ਚੜ ਜਾਏਗਾ। ਪਾਠੀ ਭਵਨ ਪ੍ਰੇਮ ਕਾ ਪੋਚਾ, ਉਹਦੇ ਅੰਦਰ ਜਿਹੜਾ ਪੋਚਾ ਫੇਰਦੇ ਨੇ ਨਾ ਉਹ ਪੱਠੀ ਦੇ ਅੰਦਰ, ਤੂੰ ਪੱਠੀ ਪਤਾ ਕੀ ਬਣਾ, ਪ੍ਰੇਮ ਦੀ। ਤਾਂ ਜੇ ਤੇਰਾ ਪ੍ਰੇਮ ਅੰਦਰ ਇੱਥੇ ਪੈਦਾ ਹੋਇਆ ਨਾ, ਇਹ ਡੈਫੀਨੇਟਲੀ ਓਵਰਫਲੋ ਕਰੇਗਾ। ਜਿਹੜੇ ਸੱਚ 'ਤੇ ਮਨੁੱਖ ਚੱਲਦੇ ਨੇ ਨਾ, ਉਹ ਪੜ੍ਹ ਪੜ੍ਹ ਕੇ ਸੱਚ ਉੱਤੇ ਚੱਲ ਕੇ ਪ੍ਰੇਮ ਨਹੀਂ ਕਰਦੇ ਨੇ, ਉਹਨਾਂ ਨੂੰ ਨਾ ਸੱਚ ਸਮਝ ਆ ਜਾਂਦਾ, ਉਹਨਾਂ ਦੇ ਅੰਦਰ ਨਾ ਪ੍ਰੇਮ ਦਾ ਪਿਆਲਾ ਨਾ ਓਵਰਫਲੋ ਕਰ ਜਾਂਦਾ। ਇਸ ਕਰਕੇ ਲੋਕਾਂ ਦੇ ਨਾਲ ਉੱਠਦਿਆਂ ਬੈਠਦਿਆਂ ਉਹਨਾਂ ਕੋਲ ਉਹ ਸਿਰਫ ਪ੍ਰੇਮ ਹੁੰਦਾ ਹੈ, ਉਹਨਾਂ ਕੋਲ ਉਹ ਹੇਟਰੇਡ ਨਹੀਂ ਹੋ ਪਾਉਂਦੀ ਹੈ, ਕਿਉਂਕਿ ਪਿਆਲੇ 'ਚ ਸਿਰਫ ਪ੍ਰੇਮ ਹੀ ਪ੍ਰੇਮ ਹੈ। ਗੁਰੂ ਨਾਨਕ ਸਾਹਿਬ ਦੀ ਜੇਕਰ ਇਹ ਵਾਲੀ ਸ਼ਰਾਬ ਪੀ ਲਈ ਨਾ, ਤਾਂ ਜਿਹਦੇ ਕੋਲ ਜਾਵਾਂਗੇ, ਪ੍ਰੇਮ ਕੰਟੇਜੀਅਸ ਬਿਮਾਰੀ ਹੈ ਇਨ ਪੋਜ਼ਿਟਿਵ ਸੈਂਸ, ਅਤੇ ਜਿਹਦੇ ਨੇੜਿਓਂ ਲੰਘਾਂਗੇ ਨਾ, ਪ੍ਰੇਮ ਕਾ ਪੋਚਾ। ਅਤੇ ਜੇ ਪ੍ਰੇਮ ਅਸੀਂ ਸਿੱਖ ਲਿਆ, ਸਾਡਾ ਨੈਕਸਟ ਟੋਪਿਕ ਪ੍ਰੇਮ ਦੇ ਨਾਲ ਰਿਲੇਟਿਡ ਹੈ, ਪ੍ਰੇਮ ਸਿੱਖ ਲਿਆ ਸਾਡੀ ਘਰ ਦੀ ਅਤੇ ਸਾਡੀ ਬਾਹਰ ਦੀ ਅਤੇ ਹਰ ਮਨੁੱਖ ਦੇ ਨਾਲ ਸਾਡੀ, ਹਰ ਮਜ਼ਹਬ ਵਾਲੇ ਦੇ ਨਾਲ ਸਾਡੀ, ਸਾਡੇ ਦੇਸ਼ ਅਤੇ ਬਾਕੀ ਦੇਸ਼ਾਂ ਵਾਲਿਆਂ ਨਾਲ ਅਤੇ ਇਸ ਕਾਇਨਾਤ ਬਲਿਹਾਰੀ ਕੁਦਰਤ ਵਸਿਆ ਦੇ ਨਾਲ ਸਾਡੀ ਪ੍ਰੇਮ ਦੀ ਜਿਹੜੀ ਸਾਰੀ ਗੇਮ ਫੈਲੇਗੀ ਨਾ, ਸਪਰੈਡ ਹੋਏਗੀ ਨਾ, ਉਹ ਵਾਲੀ ਜੇ ਸਾਨੂੰ ਸਮਝ ਆ ਗਈ ਔਰ ਅਸੀਂ ਜੀਣੀ ਸ਼ੁਰੂ ਕੀਤੀ ਨਾ, ਇਤ ਰਸ ਅੰਮਿਓਂ ਚੁਆਈਐ। ਜੇਕਰ ਪ੍ਰੇਮ ਸਿੱਖ ਲਿਆ ਸਾਡੀ ਰਿਲੇਸ਼ਨਸ਼ਿਪ ਬੈਟਰ ਹੋ ਜਾਏਗੀ। ਇਸ ਕਰਕੇ ਨੈਕਸਟ ਟੋਪਿਕ ਅਸੀਂ ਰਿਲੇਸ਼ਨਸ਼ਿਪ ਵਿੱਚ ਲਵ ਨੂੰ ਲਵਾਂਗੇ ਨਾਲ ਨਾਲ, ਪਰ ਲਵ ਸਾਡੀ ਜ਼ਿੰਦਗੀ ਵਿੱਚ ਹੈ ਨਹੀਂ, ਇਸ ਕਰਕੇ ਅਸੀਂ ਸ਼ਰਾਬ ਪੀਂਦੇ ਹਾਂ। ਜਿਸ ਸ਼ਰਾਬੀ ਦੀ ਜੀਵਨ ਨੂੰ ਮੈਂ ਟੈਸਟ ਕਰਕੇ ਵੇਖਿਆ, ਮੈਂ ਤਾਂ ਸੋਚ ਰਿਹਾ ਕਿ ਇਸ ਐਂਗਲ ਤੋਂ ਮੈਂ ਇੱਕ ਆਰਟੀਕਲ ਲਿਖਾਂ ਕਿ ਸ਼ਰਾਬ ਕੌਣ ਮਨੁੱਖ ਪੀਂਦਾ ਹੈ, ਜਿਹੜਾ ਬਚਪਨ ਤੋਂ ਪ੍ਰੇਮਹੀਣਾ ਰਹਿ ਗਿਆ ਹੈ। ਜਿਸਨੇ ਪ੍ਰੇਮ ਕੀ ਸ਼ਰਾਬ ਪੀ ਲਈ ਹੈ, ਉਸਕੋ ਐਲਕੋਹੋਲ ਕਾ ਗਲਾਸ ਨਹੀਂ ਪੀਣਾ ਪੜਤਾ। ਜੋ ਐਲਕੋਹੋਲ ਕਾ ਗਲਾਸ ਪੀਤਾ ਹੈ, ਉਸਕੋ ਸਹੀ ਮੈਨੇ ਮੇਂ ਪ੍ਰੇਮ ਮਿਲਾ ਨਹੀਂ ਥਾ। ਗੁਲਾਮ ਅਲੀ ਦੀ ਗਜ਼ਲ, ਮਿਲਿਆ ਨਾ ਪ੍ਰੇਮ ਤਾਂ ਮੈਂ ਤੈਨੂੰ ਗੱਲ ਲਾ ਲਿਆ, ਪਿਆਰ ਮੈਨੂੰ ਨਹੀਂ ਮਿਲਿਆ। ਉੱਥੋਂ ਮੇਰੀ ਐਡਜਸਟ ਬਣੀ ਹੈ ਸ਼ਰਾਬ ਦੇ ਬਾਰੇ ਕਿ ਸ਼ਰਾਬ ਕੌਣ ਪੀਂਦਾ ਹੈ। ਕਹਿ ਰਿਹਾ ਮਿਲਿਆ ਨਾ ਪ੍ਰੇਮ ਤਾਂ ਮੈਂ ਤੈਨੂੰ ਗੱਲ ਲਾ ਲਿਆ,
ਪਰ ਪ੍ਰੇਮ ਨਹੀਂ ਸੀ ਮਿਲਿਆ। ਇਹਦਾ ਮਤਲਬ ਹਰ ਮਨੁੱਖ ਪ੍ਰੇਮ ਮੰਗਦਾ, ਹਰ ਮਨੁੱਖ ਪ੍ਰੇਮ ਚਾਹੁੰਦਾ, ਤਾਂ ਪ੍ਰੇਮ ਨਾ ਮਿਲੇ ਤਾਂ ਇਹ ਗਮ ਬਣ ਜਾਂਦਾ, ਇਹ ਦੁੱਖ ਬਣ ਜਾਂਦਾ। ਤਾਂ ਅਗਲੀ ਲਾਈਨ 'ਚ ਕਹਿੰਦਾ, ਮਿਲਿਆ ਨਾ ਪ੍ਰੇਮ ਤਾਂ ਮੈਂ ਤੈਨੂੰ ਗੱਲ ਲਾ ਲਿਆ, ਇਹ ਮੇਰਾ ਗਮ ਸੀ। ਭੁੱਲਿਆ ਨਾ ਪਹਿਲਾ ਗਮ, ਦੂਜਾ ਪੱਲੇ ਪਾ ਲਿਆ। ਕਊਆ ਚਲਾ ਹੰਸ ਕੀ ਚਾਲ, ਆਪਣੀ ਚਾਲ ਵੀ ਭੁੱਲ ਗਿਆ। ਘਰ ਭੁੱਲ ਜਾਂਦੇ ਸ਼ਰਾਬੀ, ਚੌਂਕ 'ਤੇ ਖੜ੍ਹਾ ਸ਼ਰਾਬੀ ਇੱਧਰ ਉੱਧਰ ਤੱਕੀ ਜਾਂਦਾ। ਪੁਲਿਸ ਵਾਲਾ ਕਹਿੰਦਾ, ਕਿਆ ਬਾਤ ਹੈ, ਕਹਾਂ ਜਾਣਾ? ਕਹਿੰਦਾ, ਮੈਂ ਸੋਚ ਰਿਹਾ ਸਾਰੀ ਧਰਤੀ ਘੁੰਮ ਰਹੀ ਹੈ, ਰੁਕ ਜਾਏ ਤਾਂ ਮੈਂ ਆਪਣੇ ਘਰ ਜਾਵਾਂ। ਉਹ ਕੀ ਗੱਲ ਹੈ, ਤੂੰ ਆਪਣੇ ਘਰ ਦਾ ਬੂਹਾ ਖੋਲ੍ਹਣਾ? ਉਹ ਜੀ ਮੈਂ ਕੀ ਕਰਾਂ, ਘਰ ਡੋਲਦਾ ਪਿਆ ਲੱਗਦਾ, ਗੁਜਰਾਤ ਵਾਲਾ ਭੁਚਾਲ ਮੇਰੇ ਘਰ ਆਇਆ ਹੋਇਆ, ਘਰ ਰੁਕ ਕੇ ਤਾਂ ਮੈਂ ਤਾਲੇ ਨੂੰ ਚਾਬੀ ਲਾਵਾਂ ਨਾ। ਜੇ ਸ਼ਰਾਬੀਆ ਸ਼ਰਾਬ ਦੇ ਨਸ਼ੇ 'ਚ ਹੋਵੇ ਨਾ, ਔਰ ਤੁਹਾਡੇ ਵਿਆਹ ਦੀ ਫੋਟੋਆਂ ਖਿੱਚਣ ਵਾਲਾ ਕੈਮਰਾਮੈਨ ਹੋਵੇ ਨਾ, ਤਾਂ ਇੱਕ ਵੀ ਫੋਟੋ ਨਹੀਂ ਜੇ ਆਉਣੀ। ਉਹਨੇ ਕੈਮਰਾ 'ਚ ਲਾਉਣਾ, ਨਸ਼ੇ ਜਾਂਦੇ ਹੋ ਜਾਣਾ, ਇੱਕ ਵੀ ਫੋਟੋ ਨਹੀਂ ਜੇ ਆਉਣੀ, ਤੁਹਾਡਾ ਲਾਈਫ ਰੈਕਰਡ ਖਰਾਬ ਹੋ ਜਾਏਗਾ। ਇਸ ਕਰਕੇ ਨਾ ਸ਼ਰਾਬੀਏ ਨੂੰ ਫੋਟੋਗ੍ਰਾਫਰ ਨਾ ਬੁਲਾ ਲੈਣਾ। ਬਾਬਾ ਮਨ ਮਤਵਾਰੋ ਨਾਮ ਰਸ ਪੀਵੈ, ਇਹ ਸ਼ਬਦ ਦਾ ਰਹਾਓ ਹੈ। ਨਾਮ ਰਸ ਪੀਵੈ ਕਿਹੜੇ ਵਾਲਾ? ਸਹਿਜ ਰੰਗ ਰਚ ਰਿਹਾ, ਮੈਂ ਨਾ ਸਹਿਜ ਸਿੱਖਿਆ। ਪਰ ਸਹਿਜ ਸਾਨੂੰ ਆਇਆ ਨਹੀਂ, ਕਿਉਂ? ਕਿਉਂਕਿ ਸਾਡੇ ਹਿਰਦੇ ਗਰੀਬੀ ਨਹੀਂ ਹੈ। ਸਹਿਜ ਸਾਨੂੰ ਆਇਆ ਨਹੀਂ, ਕਿਉਂ? ਸਾਨੂੰ ਅਮੀਰੀ ਦੀ ਇੱਕ ਸ਼ਰਾਬ ਚੜੀ ਹੋਈ ਹੈ, ਪੈਸੇ ਦੀ, ਆਕੜ ਦੀ। ਮੈਂ ਜਾਵਾਂ ਔਰ ਉਹਨਾਂ ਦੇ ਘਰ, ਤੁਸੀਂ ਸਮਝਿਆ ਕੀ ਹੈ? ਅਸੀਂ ਉੱਚ ਜਾਤੀਏ ਔਰ ਉਹਨਾਂ ਦੀ ਬੇਟੀ ਲੈ ਆਈਏ। ਸੁਜਾਤਾ ਫਿਲਮ ਦੇਖੀ ਨਾ, ਸੁਜਾਤਾ ਫਿਲਮ ਖੋਰੇ ਹੋਣੀ 30-35 ਸਾਲ ਪੁਰਾਣੀ। ਮੈਂ ਤਾਂ ਤੋਂ ਇਸ ਟੋਪਿਕ ਉੱਤੇ ਸਟੱਡੀ ਕਰ ਰਿਹਾ। ਉਹ ਅਛੂਤ ਹੈ। ਉੱਚ ਜਾਤ ਦਾ ਅਭਿਮਾਨ ਇੱਕ ਬੜੀ ਭਾਰੀ ਸ਼ਰਾਬ ਹੈ ਜਿਹੜੀ ਭਾਰਤ ਨੂੰ ਖਰਾਬ ਕਰ ਰਹੀ ਹੈ। ਉੱਚੀ ਜਾਤ ਬਰਾਦਰੀ, ਤੂੰ ਮਛੂਤ, ਹਮਾਰੇ ਚੌਕੇ ਮੈਂ ਕੈਸੇ ਆਏ ਤੂੰ? ਜਿਹੜੇ ਗੁਰੂ ਨਾਨਕ ਸਾਹਿਬ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਸਿਖਾਉਣਾ ਚਾਹੁੰਦੇ ਨੇ, ਇਹਨਾਂ ਦੇ ਉੱਥੇ ਜੋੜੇ ਸਾਫ਼ ਕਰ ਰਹੀ ਹੈ ਇੱਕ ਮਾਈ। ਬੜੇ ਪਿਆਰ ਨਾਲ ਸਤਨਾਮ ਵਾਹਿਗੁਰੂ ਕਰਦੀ ਕਰਦੀ ਰੁਮਾਲ ਲਗਾ ਲਗਾ ਕੇ ਇੱਕ ਇੱਕ ਜੋੜੇ 'ਤੇ ਕਰ ਰਹੀ ਹੈ। ਕਰਦਿਆਂ ਕਰਦਿਆਂ ਉਸ ਨੂੰ ਲਾਈਨ ਵਿੱਚ ਜੋੜੇ ਕਰਦੇ ਕਰਦੇ ਅੱਗੇ ਜਾ ਕੇ ਜਿਸ ਜੋੜੇ ਨੂੰ ਕਰ ਆ ਚੁੱਕੀ ਸੀ, ਪਿਛਲੇ ਜੋੜੇ ਨੂੰ ਪਾਉਣ ਵਾਲੇ ਦੋ ਪੈਰ ਨਜ਼ਰ ਆਏ। ਉਸਨੇ ਦੇਖਿਆ, ਓ ਮਾਈ ਗੋਡ, ਇਹ ਅਛੂਤ। ਗੁਰੂ ਨਾਨਕ ਸਾਹਿਬ ਦੀ ਸਿੱਖੀ ਪੜ੍ਹਨ ਵਾਲੇ ਮਨੁੱਖ ਵੀ ਇਸ ਗੇਮ ਵਿੱਚ ਗੁਆਚ ਗਏ। ਤਾਂ ਹੀ ਤਾਂ ਬੇਦੀ, ਅਰੋੜੇ, ਖਤਰੇ, ਸੋਢੀ, ਮਲਹੋਤਰਾ, ਭੱਲਾ, ਪਕੌੜਾ ਲਗਾਉਂਦੇ ਨਾ ਆਪਣੇ ਨਾਂ ਬਾਅਦ। ਜਾਤ ਪਾਤ, ਜਾਤ ਪਾਤ ਦਾ ਨਸ਼ਾ, ਜਾਤ ਪਾਤ ਦਾ ਨਸ਼ਾ ਇਤਨਾ ਹੋ ਗਿਆ ਕਿ ਉਹਨਾਂ ਨੇ ਵਿੱਚੋਂ ਸਿੰਘ ਔਰ ਕੌਰ ਉਡਾ ਦਿੱਤਾ। ਵਿੰਪੀ ਅਰੋੜਾ ਰਟਿੰਪੀ ਕਰੋੜਾ ਦੀ ਮੈਰਿਜ, ਪਤਾ ਨਹੀਂ ਮੁੰਡਾ ਕੌਣ ਹੈ, ਕੁੜੀ ਕੌਣ ਹੈ। ਸ਼ਰਾਬ ਦਾ ਨਸ਼ਾ, ਇਹ ਕਿਹੜੀ ਸ਼ਰਾਬ ਹੈ? ਜਾਤ ਪਾਤ ਦੀ, ਬਰਾਦਰੀ ਦਰੀ। ਇਹ ਰਾਮਗੜੀਆਂ ਦੇ ਗੁਰਦੁਆਰੇ ਨੇ, ਇਹ ਭਾਪਿਆਂ ਦੇ ਗੁਰਦੁਆਰੇ ਨੇ, ਇਹ ਜੱਟਾਂ ਦੇ ਗੁਰਦੁਆਰੇ ਨੇ, ਇਹ ਲੁਬਾਣਿਆਂ ਦੇ ਗੁਰਦੁਆਰੇ ਨੇ, ਇਹ ਰਵਦਾਸੀਆਂ ਦੇ ਗੁਰਦੁਆਰੇ ਨੇ। ਮਾਈ ਗੋਡ, ਹੋਰਾਂ ਨੂੰ ਤਾਂ ਅਸੀਂ ਉਹਨੇ ਕੁਛ ਕਹਿਣਾ ਹੀ ਛੋੜ ਦਈਏ ਕਿ ਭਾਰਤ ਮੇਂ ਜਾਤ ਪਾਤ ਮਾਨੀ ਜਾਤੀ ਹੈ, ਹੁਣੇ ਇਸ ਨੂੰ ਤਾਂ ਛੋੜ ਦਈਏ, ਪਹਿਲਾਂ ਆਪਣੇ ਘਰੋਂ ਸੋਚੀਏ ਅਸੀਂ ਕੀ ਕਰ ਰਹੇ ਹਾਂ। ਜਾਤ ਪਾਤ ਦਾ, ਉਹ ਸਿਰਫ ਸ਼ਰਾਬ ਐਲਕੋਹਲ ਨਹੀਂ ਪੀਤੀ, ਇਹ ਜਿਹੜੀ ਸ਼ਰਾਬ ਪੀਤੀ ਹੋਈ ਜੇ ਜਾਤ ਪਾਤ ਦੀ, ਇਹਦਾ ਕੀ ਕਰੀਏ? ਇਹਦੇ ਬਾਰੇ ਸੋਚੀਏ। ਸਹਿਜ ਸਾਨੂੰ ਨਹੀਂ ਆਏਗਾ ਜੇ ਸਾਡੇ ਮਨਾਂ ਦੇ ਅੰਦਰ ਇਹ ਅਮੀਰੀ ਵਾਲੀ ਚੀਜ਼ ਹੈ, ਜੇ ਸਾਡੇ ਕੋਲ ਗਰੀਬੀ ਗਧਾ ਹਮਾਰੀ ਵਾਲਾ ਸਹਿਜ ਨਹੀਂ ਹੈ, ਜੇ ਸਾਡੇ ਕੋਲ ਹੋਂ ਤਿਸ ਘੋਲ ਘੁਮਾਇਆ ਗੁਰਮਤਿ ਹਿਰਦੈ ਗਰੀਬੀ ਆਵੇ ਵਾਲਾ ਸਹਿਜ ਨਹੀਂ ਹੈ। ਸਹਿਜ ਸਾਡੇ ਕੋਲ ਨਾ ਹੋਇਆ ਤਾਂ ਅਸੀਂ ਚਾਰੋਂ ਪਾਸੋਂ ਟੁੱਟ ਜਾਵਾਂਗੇ, ਗੁਰੂ ਨਾਨਕ ਦਾ ਸੁਨੇਹਾ ਕਿਹਨੂੰ ਦੇਵਾਂਗੇ? ਵੀ ਆਰ ਨੋਟ ਲਿਵਿੰਗ ਦੈਟ। ਸਾਡੇ ਅੰਦਰ ਅਮੀਰੀ ਦਾ ਮਾਣ,
ਅਮੀਰੀ ਦੇ ਮਾਣ 'ਚ ਅਸੀਂ ਕੰਪੈਟੀਬਲ ਮੈਚ ਦੇਖਦੇ ਹਾਂ ਕਿ ਸਾਡੇ ਬਰਾਬਰ ਤਾਂ ਹੋਣਾ ਚਾਹੀਦਾ, ਕਮ ਅਜ਼ ਕਮ ਇਤਨੀ ਤਾਂ ਰੋਟੀ ਖਵਾਉਣ ਨਾ। ਦੇਖੋ ਜੀ, ਘੱਟੋ ਘੱਟ ਮੈਂ ਤਾਂ ਠਾਣੀ ਹੋਈ ਸੀ, ਮੇਰਾ ਇੱਕੋ ਪੁੱਤਰ ਹੈ, 700 ਬੰਦਿਆਂ ਦੀ ਰੋਟੀ ਹੋਣੀ ਚਾਹੀਦੀ ਹੈ, ਰਾਤੀ ਜ਼ਰੂਰ ਹੋਣੀ ਚਾਹੀਦੀ ਹੈ ਅਤੇ ਮੀਟ ਦੀ ਜ਼ਰੂਰ ਹੋਣੀ ਚਾਹੀਦੀ ਅਤੇ ਸ਼ਰਾਬ ਜ਼ਰੂਰ ਹੋਣੀ ਚਾਹੀਦੀ ਹੈ। ਇਹ ਕਿਹੜਾ ਨਸ਼ਾ ਹੈ? ਥਿੰਕ ਅਬਾਊਟ ਦਿਸ ਨਸ਼ਾ, ਹੂ ਵਿਲ ਟੈਲ ਅਸ ਦਿਸ ਨਸ਼ਾ? ਕਾਸ਼ ਗੁਰੂ ਸਾਹਿਬ ਆਉਣ ਅਤੇ ਇਸ ਨਸ਼ੇ ਬਾਰੇ ਵੀ ਸਾਨੂੰ ਦੱਸਣ, ਜਿਵੇਂ ਕਹਿੰਦੇ ਨੇ ਮਾਇਆ ਮਦ ਮਾਤਾ ਹੋਛੀ ਬਾਤਾਂ, ਮਿਲਣ ਨਾ ਜਾਈ ਪਰਮ ਧੜਾ। ਇਸ ਨਸ਼ੇ ਬਾਰੇ ਹੀ ਗੁਰੂ ਸਾਹਿਬ ਸਾਨੂੰ ਕਹਿ ਰਹੇ ਨੇ, ਜਿਸ ਕੇ ਸਿਰ ਉੱਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੈ, ਬੋਲ ਨਾ ਜਾਣੈ ਮਾਇਆ ਮਦ ਮਾਤਾ। ਜਿਹੜਾ ਸੱਚ ਸਮਝ ਲੈਂਦਾ ਨਾ, ਸਹਿਜ ਲੈ ਲੈਂਦਾ, ਜਿਹੜੀ ਗੁਰੂ ਨਾਨਕ ਦੇ ਬ੍ਰੈਂਡ ਦੇ ਇਨਗਰੀਡੀਐਂਟਸ ਦੀ ਸ਼ਰਾਬ ਪੀ ਲੈਂਦਾ ਨਾ, ਉਹ ਮਾਇਆ 'ਚ ਮੱਤੇ ਹੋਏ ਬੋਲ ਨਹੀਂ ਜਾਣਦਾ। ਬੋਲ ਨਾ ਜਾਣੈ ਮਾਇਆ ਮਦ ਮਾਤਾ, ਮਰਨਾ ਚੀਤ ਨਾ ਆਵੇ, ਉਸਨੂੰ ਭਉ ਦਾ ਡਰ, ਮੌਤ ਦਾ ਭਉ ਨਹੀਂ ਰਹਿੰਦਾ। ਕਿਸ ਨੂੰ? ਜਿਸ ਕੇ ਸਿਰ ਉੱਪਰ ਤੂੰ ਸਵਾਮੀ ਹੈ। ਇਸ ਦੇ ਅਰਥ ਗਲਤ ਕਰ ਦਿੱਤੇ ਗਏ ਨੇ, ਗਲਤ ਕਰ ਦਿੱਤੇ ਗਏ ਨੇ ਵੀ ਜਿਸ ਕੇ ਸਿਰ ਉੱਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੇ, ਜਿਹਦੇ ਸਿਰ ਉੱਤੇ ਰੱਬ ਜੀ ਦੀ ਮਿਹਰ ਹੈ ਉਹਨੂੰ ਦੁੱਖ ਨਹੀਂ ਮਿਲਦਾ। ਅਤੇ ਦੂਜੀ ਲਾਈਨ 'ਚ ਕਹਿ ਦਿੱਤਾ ਕਿ ਜਿਹੜਾ ਮਾਇਆ 'ਚ ਮੱਤਿਆ ਹੋਇਆ, ਮੌਤ ਤੋਂ, ਮੌਤ ਦਾ ਜਿਸਨੂੰ ਭਉ, ਮੌਤ ਦਾ ਧਿਆਨ ਪਿਸਰ ਗਿਆ, ਨਹੀਂ। ਦੂਜੀ ਪੰਕਤੀ ਉਸੇ ਗੁਰਸਿੱਖ, ਉਸੇ ਆਈਡੀਅਲ ਮਨੁੱਖ, ਇਨਸਾਨ, ਗੁਰਮੁਖ ਵਾਸਤੇ ਉਚਾਰੀ ਗਈ ਹੈ ਕਿ ਜਿਸ ਕੇ ਸਿਰ ਉੱਪਰ ਤੂੰ ਸਵਾਮੀ ਹੈ ਨਾ, ਉਹ ਮਾਇਆ 'ਚ ਮੱਤੇ ਹੋਏ ਬੋਲ ਨਹੀਂ ਬੋਲਦਾ ਅਤੇ ਮੌਤ ਤੋਂ ਨਹੀਂ ਡਰਦਾ। ਉਸਨੇ ਮੌਤ ਨੂੰ ਖੰਡੇ ਕੀ ਪੌਲੀ 'ਚ ਖੰਡੇ ਨਾਲ ਘੋਲ ਕੇ ਪੀ ਲਿਆ। ਉਹ ਤਾਂ ਕਹਿੰਦਾ ਜਿਸ ਮਰਨੇ 'ਤੇ ਜਗ ਡਰੇ ਮੇਰੇ ਮਨ ਆਨੰਦ, ਮਰਨਾ ਚੀਤ ਨਾ ਆਵੇ। ਮਾਇਆ ਕੇ ਮਦ ਜਨਮ ਸਿਰਾਇਓ, ਰਾਮ ਭਜੈ ਨਹੀਂ ਲਾਗਿਓ। ਸਾਨੂੰ ਇਹ ਜਿਹੜਾ ਮਾਇਆ ਦਾ, ਅਮੀਰੀ ਦਾ ਨਸ਼ਾ ਚੜ੍ਹਿਆ ਹੋਇਆ ਨਾ, ਇਸ ਤੋਂ ਅਸੀਂ ਜਾਗਣਾ ਹੈ, ਸਹਿਜ ਰੰਗ ਰਚ ਰਿਹਾ। ਅਗਲਾ ਸਾਡੇ ਬਰਾਦਰੀ, ਉਸ ਤੋਂ ਅਗਲਾ ਇੱਕ ਸਾਨੂੰ ਹੋਰ ਨਸ਼ਾ ਹੈ, ਅਸੀਂ ਧਰਮ ਦੇ ਠੇਕੇਦਾਰ ਬਣ ਜਾਂਦੇ ਹਾਂ। ਨਾ ਜੀ ਨਾ, ਤੁਸੀਂ ਇਹ ਕਿਵੇਂ ਕਹਿ ਦਿੱਤਾ, ਨਾ ਜੀ ਨਾ, ਤੁਸੀਂ ਇਹ ਕਿਵੇਂ ਕਰ ਦਿੱਤਾ, ਫਲਾਣੇ ਨੇ ਇਹ ਕਿਵੇਂ ਕਹਿ ਦਿੱਤਾ। ਭਾਵੇਂ ਆਪ ਅਗਿਆਨਤਾ ਵਾ ਸਾਨੂੰ ਪਤਾ ਹੀ ਨਾ ਹੋਏ, ਅਸੀਂ ਕਰਮਾਂ ਕਾਂਡਾਂ ਦੇ ਵੱਸ ਪਏ ਹੋਵਾਂ, ਅਤੇ ਜਿਹੜਾ ਮਨੁੱਖ ਸਾਨੂੰ ਗੁਰਬਾਣੀ ਪੜ੍ਹ ਕੇ ਸੱਚ ਦੱਸ ਰਿਹਾ ਉਹਦੇ ਅਗੇਂਸਟ ਅਸੀਂ ਫਤਵੇ ਲਾ ਰਹੇ ਹੋਈਏ, ਇਹ ਨਸ਼ਾ। ਇਸ ਨਸ਼ੇ ਤੋਂ ਸਾਨੂੰ ਕੌਣ ਛੁਡਾਏਗਾ? ਇਸ ਨਸ਼ੇ ਬਾਰੇ ਸੋਚੀਏ ਕਿ ਇਸ ਨਸ਼ੇ ਦੇ ਵਿੱਚ ਸਾਡੇ ਅੰਦਰ ਜਿਹੜੇ ਗੁਰੂ ਸਾਹਿਬ ਕਹਿੰਦੇ ਨੇ, ਏਕ ਸਵਾਨ ਦੋਏ ਸਵਾਨੀ ਨਾਲ ਭਲਕੇ ਪੌਂਕੈ ਸਦਾ ਬਿਆਲ, ਇਹ ਜਿਹੜਾ ਸਾਡੇ ਅੰਦਰ ਧਰਮ ਦੇ ਠੇਕੇਦਾਰ ਬਣ ਕੇ ਦੂਸਰਿਆਂ ਨੂੰ ਫਤਵੇ, ਦੂਸਰਿਆਂ ਨੂੰ ਪਾਪੀ, ਦੂਸਰਿਆਂ ਨੂੰ ਨਾਸਤਕ, ਦੂਸਰਿਆਂ ਨੂੰ ਪਤਿਤ, ਦੂਸਰਿਆਂ ਨੂੰ ਨਰਕ ਭੇਜਣ ਦੇ ਫਤਵੇ ਦੇਣ ਦਾ ਨਸ਼ਾ ਹੈ ਨਾ, ਇਹ ਜਿਹੜਾ ਸਾਡੇ ਅੰਦਰ ਇੱਕ ਕੁੱਤਾ ਭੌਂਕਦਾ ਹੈ ਏਕ ਸਵਾਨ ਦੋਈ ਸਵਾਨੀ ਨਾਲ, ਇਸ ਦਾ ਨਸ਼ਾ ਸਾਡਾ ਕੌਣ ਲਾਏਗਾ? ਜੋ ਮਨੁੱਖ ਸੱਚ ਦੇ ਧਰਮ ਨੂੰ ਜੀ ਲੈਂਦਾ, ਜੋ ਮਨੁੱਖ ਸੱਚ ਦੇ ਧਰਮ ਦੀ, ਸੱਚ ਦੀ ਸ਼ਰਾਬ ਪੀ ਲੈਂਦਾ, ਉਹਦੇ ਵਾਸਤੇ ਨਾ ਪਾਪੀ ਪੁੰਨੀ ਕੋਈ ਨਹੀਂ ਰਹਿੰਦੇ ਨੇ, ਉਹਦੇ ਵਾਸਤੇ ਪਾਪ ਪੁੰਨ ਦੀ ਫਿਲਾਸਫੀ ਖਤਮ ਹੋ ਜਾਂਦੀ ਹੈ, ਉਹਦੇ ਵਾਸਤੇ ਪਾਪ ਪੁੰਨ ਤਾਂ ਭਈ ਕਹਾਵਤ ਹੋ ਜਾਂਦੀ ਹੈ, ਉਹਦੇ ਵਾਸਤੇ ਸਵਰਗ ਨਰਕ ਸਭ ਕੁਛ ਵੀ ਨਹੀਂ ਰਹਿੰਦਾ, ਸੁਰਗ ਵਾਸਨਾ ਬਾਛੀ ਹੈ, ਡਰੀਏ ਨਾ ਨਰਕ ਨਿਵਾਸ ਹੋ ਜਾਂਦਾ। ਉਹ ਧਰਮ ਦੇ ਠੇਕੇਦਾਰੀ ਅਸੀਂ ਛੋੜ ਦਈਏ, ਫਲਾਣਾ ਸਵੇਰੇ ਨਹੀਂ ਉੱਠਦਾ ਇਸ ਕਰਕੇ ਨਰਕਾਂ ਨੂੰ ਜਾਏਗਾ, ਉਹ ਅਸ਼ੁੱਧ ਪੜ੍ਹਦਾ ਇਸ ਕਰਕੇ ਨਰਕਾਂ ਨੂੰ ਜਾਏਗਾ, ਉਹ ਝੂਠੀਆਂ ਕਹਾਣੀਆਂ ਨੂੰ ਕੰਡੈਮ ਕਰਦਾ ਇਸ ਲਈ ਨਰਕਾਂ ਨੂੰ ਜਾਏਗਾ, ਇਸ ਕਰਕੇ ਉਹਦਾ ਮੂੰਹ ਬੰਦ ਕੀਤਾ ਜਾਏ। ਕਿਸਨੀ ਵੀ ਕਿਸਮਾਂ ਦੇ ਧਰਮ ਦੇ ਠੇਕੇਦਾਰ ਜਿਹੜਾ ਅਸੀਂ ਬਣਦੇ ਹਾਂ, ਸਾਡੀ ਇਹ ਵਾਲੀ ਨਸ਼ੇ ਦੀ ਸ਼ਰਾਬ ਨੂੰ ਕੌਣ ਉਤਾਰੇਗਾ? ਦੈਟ ਮੀਨਸ ਵੀ ਹੈਵ ਟੂ ਥਿੰਕ ਅਬਾਊਟ ਕਿ ਜਦੋਂ ਹੀ ਮਨੁੱਖ ਨੂੰ ਨਸ਼ਾ ਚੜ੍ਹਦਾ, ਉਹ ਬੇਧਿਆਨਾ ਹੋ ਜਾਂਦਾ, ਉਹ ਸਹਿਜ ਤੋਂ ਆਊਟ ਹੋ ਜਾਂਦਾ। ਅੱਗੇ ਕਹਿੰਦੇ ਨੇ ਜੇਕਰ ਸੱਚ ਸਮਝ ਲਏ ਔਰ ਸੱਚ ਦੀ ਸ਼ਰਾਬ ਪੀ ਲਏ ਤਾਂ ਐਨ ਇਸ ਬਣੀ ਪ੍ਰੇਮ ਲਿਵ ਲਾਗੀ, ਸ਼ਬਦ ਅਨਾਹਤ ਗਿਆ। ਉਹਦਾ ਲਗਾਤਾਰ ਸ਼ਬਦ ਅਨਾਹਤ ਗਿਆ, ਇਹ ਜੋਗੀਆਂ ਦੀ ਮੱਤ ਦਾ ਲਫਜ਼ ਹੈ ਬਈ, ਲਗਾਤਾਰ ਉਹਦੇ ਅੰਦਰ ਉਹ ਸ਼ਬਦ ਵੱਜਣ ਲੱਗ ਪਿਆ ਜੀ, ਅਨਹਦ ਨਾਦ ਸੁਣਾਈ ਦਿੰਦਾ ਜੀ, ਜਿਹੜੇ ਵੱਜਦੇ ਹੀ ਨਹੀਂ ਨੇ ਜੇ ਘੰਟੀਆਂ ਵੱਜਦੀਆਂ ਨੇ, ਯੇ ਵੋ, ਇਹ ਲਫਜ਼ ਸਾਡੇ ਸਿੱਖਾਂ ਵਿੱਚ ਵੀ ਕਈ ਲੋਕ ਕਹਿਣ ਲੱਗ ਪਏ ਨੇ ਜੀ, ਅਨਹਦ ਨਾਦ ਕਿਵੇਂ ਵੱਜਦਾ,
ਜੀ ਪਹਿਲਾਂ ਫਿਰ ਇੱਥੋਂ ਫਿਰ ਇੱਥੋਂ ਫਿਰ ਇੱਥੋਂ ਫਿਰ ਵਜਾਉਣਾ ਨਹੀਂ ਪੈਂਦਾ, ਫਿਰ ਆਪੇ ਵੱਜਣ ਲੱਗ ਪੈਂਦਾ। ਜਿਹੜੇ ਮਿਊਜ਼ਿਕ ਇੰਸਟਰੂਮੈਂਟਸ ਖੜਕਾ ਖੜਕਾ ਕੇ ਵਜਾਉਂਦੇ ਨੇ ਉਹ ਆਪੇ ਵੱਜਦੇ ਰਹਿੰਦੇ ਨੇ, ਆਪੇ ਸੁਣਾਈ ਦਿੰਦੇ ਰਹਿੰਦੇ ਨੇ। ਇੱਕ ਘੜਾ ਹੁੰਦਾ ਵੇ, ਇੱਕ ਸਿਤਾਰ ਹੁੰਦਾ ਵੇ, ਇੱਕ ਇਹ ਹੁੰਦਾ, ਇੱਕ ਵੋ ਹੁੰਦਾ। ਬੜੇ ਕਿਸਮਾਂ ਦੇ ਮਿਊਜ਼ੀਕਲ ਇੰਸਟਰੂਮੈਂਟਸ ਗਿਣਨ ਤੋਂ ਬਾਅਦ ਉਹ ਕਹਿੰਦੇ ਨੇ ਜੀ ਉਹ ਨਾਦ ਨਾ, ਉਹ ਮਿਊਜ਼ਿਕ ਵਜਾਉਣਾ ਨਹੀਂ ਪੈਂਦਾ, ਉਹ ਆਪੇ ਵੱਜਦਾ ਰਹਿੰਦਾ। ਗੁਰੂ ਸਾਹਿਬ ਕਹਿੰਦੇ ਨੇ ਜੇ ਤੈਨੂੰ ਸੱਚ ਸਮਝ ਆ ਗਿਆ, ਜੇ ਤੈਨੂੰ ਜਿਨ ਪ੍ਰੇਮ ਕੀ ਤਿੰਨ ਹੀ ਪ੍ਰਭ ਪਾਇਓ ਸਮਝ ਆ ਗਿਆ, ਤੈਨੂੰ ਮਾਨਸ ਕੀ ਜਾਤ ਸਭ ਹੈ ਇੱਕ ਪਹਿਚਾਨ ਬੋ ਸਮਝ ਆ ਗਿਆ, ਕੁਦਰਤ ਕੇ ਸਭ ਬੰਦੇ ਸਮਝ ਆ ਗਏ, ਹਿੰਦੂ ਮੁਸਲਮਾਨ ਸਿੱਖ ਈਸਾਈ ਜੈਨੀ ਬੋਧੀ ਦਾ ਵਿਤਕਰਾ ਖਤਮ ਹੋ ਗਿਆ, ਤੇਰੀ ਕੌਕ ਆਈ ਡੱਕ ਦਾ ਵਿਜ਼ਨ ਬਿਲਕੁਲ ਠੀਕ ਹੋ ਗਿਆ, ਕਿ ਤੈਨੂੰ ਸਾਰੇ ਮਨੁੱਸ਼ ਨਜ਼ਰ ਆਤੇ ਹੈ, ਤਾਂ ਇਹ ਸਮਝ ਤੂੰ ਰੱਬ ਦੇ ਨਾਂ ਦਾ ਅਨਹਦ ਨਾਦ ਪ੍ਰਾਪਤ ਕਰ ਲਿਆ। ਇਟਸ ਜਸਟ ਏ ਤਸ਼ਬੀ, ਇਟਸ ਜਸਟ ਏ ਲਖਾਇਕ ਪ੍ਰਤੀਕ। ਸ਼ਬਦ ਅਨਾਹਤ ਗਹਿਆ, ਸ਼ਬਦ ਅਨਾਹਤ ਗਹਿਆ ਦਾ ਮਤਲਬ ਇਹ ਨਹੀਂ ਹੈ ਕਿ ਉਹਦੇ ਮੂੰਹ 'ਚੋਂ ਜਾਂ ਉਹਦੀਆਂ ਬੁੱਲੀਆਂ 'ਚੋਂ ਉਹਦੇ ਸੁੱਤਿਆਂ ਸੁੱਤਿਆਂ ਵੀ ਕੋਈ ਪਰਟੀਕੁਲਰ ਰੱਬ ਦਾ ਨਾਂ ਨਿਕਲਦਾ ਰਹਿੰਦਾ ਹੈ, ਨਹੀਂ ਉਹਦੀ ਜੀਵਨੀ ਅਨਾਹਤ ਨਾਦ ਵਾਲੀ ਬਣ ਜਾਂਦੀ ਹੈ ਉਹਨੂੰ, ਕਿਉਂਕਿ 24 ਆਵਰਸ ਐਂਡ ਟਿਲ ਹਿਜ਼ ਲਾਸਟ ਬ੍ਰੈਥ ਇੱਕ ਨਸ਼ਾ ਚੜ੍ਹ ਜਾਂਦਾ ਜਿਹੜਾ ਉਤਰਦਾ ਨਹੀਂ ਹੈ। ਇਹ ਨਸ਼ਾ ਜਦੋਂ ਚੜ੍ਹ ਜਾਂਦਾ, ਪਰ ਬੇਟੀ ਕੋ ਬੇਟੀ ਜਾਣਾ, ਪਰ ਇਸਤਰੀ ਕੋ ਮਾਤ ਬਖਾਨਾ, ਵੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣੇ ਜਾਣਦਾ ਹੈ। ਇਹ ਹੈ ਸ਼ਬਦ ਦਾ ਰਹਾਉ, ਪੂਰਾ ਸਾਚ ਪਿਆਲਾ, ਸੱਚ ਦਾ ਪਿਆਲਾ ਉਹ ਪੀ ਲੈਂਦਾ। ਇਹਦੀ ਪ੍ਰੋਨਾਉਂਸੀਏਸ਼ਨ ਮੈਨੂੰ ਇੰਝ ਲੱਗਦੀ ਹੈ, ਖੋਰੇ ਕਿਸੇ ਨੂੰ ਜ਼ਿਆਦਾ ਸਿਆਣਾ ਫੋਫੇ, ਆਈ ਐਮ ਸੋਰੀ, ਮੈਨੂੰ ਇੰਝ ਲੱਗਦਾ ਉਹ ਸੱਚ ਦਾ ਪਿਆਲਾ ਪੀਂਦਾ, ਪੂਰਾ ਸਾਚ ਪਿਆਲਾ ਸਹਿਜੇ ਤਿਸੇ ਪਿਆਏ, ਸਹਿਜੇ ਆਰਾਮ ਦੇ ਨਾਲ, ਸਹਿਜੇ ਸਹਿਜੇ ਸਲੋਲੀ ਸਲੋਲੀ। ਰੱਬ ਨੂੰ ਜ਼ਬਰਦਸਤੀ ਅਟੇਨ ਨਹੀਂ ਕੀਤਾ ਜਾ ਸਕਦਾ, ਰੱਬ ਜੀ ਨੂੰ ਜ਼ਬਰਦਸਤੀ ਲੋਗਨ ਰਾਮ ਖਿਲੋਣਾ ਜਾਣਾ ਨਾ ਹੀ ਰਾਮ ਇਆਨਾ, ਕਿਸੇ ਵੀ ਤਰੀਕੇ ਦੇ ਨਾਲ, ਕਿਸੇ ਵੀ ਕਰਮਾਂ ਕਾਂਡਾਂ ਦੇ ਨਾਲ, ਕੂੜੀ ਕੂੜਾ ਠੀਸ ਵਾਲੀ ਗੇਮ ਦੇ ਨਾਲ, ਗਿਣਤੀਆਂ ਮਿਣਤੀਆਂ ਦੇ ਨਾਲ, ਗਿਣਤੀ ਦੀਆਂ ਮਾਲਾ, ਗਿਣਤੀ ਦੇ 108, ਗਿਣਤੀ ਦੇ 101 ਅਖੰਡ ਪਾਠ, ਗਿਣਤੀ ਦੇ 500,000 ਚੁਪਈਆਂ ਦੇ ਪਾਠ, ਅਤੇ ਗਿਣਤੀ ਦੇ 500,000 ਸੁਖਮਨੀ ਸਾਹਿਬ ਜਾਂ ਜਪਜੀ ਸਾਹਿਬ, ਇਸ ਤਰ੍ਹਾਂ ਕਰਕੇ ਜ਼ਬਰਦਸਤੀ ਰੱਬ ਜੀ ਕੈਚ ਨਹੀਂ ਹੋ ਜਾਂਦੇ ਨੇ। ਸਹਿਜੇ ਤਿਸੇ ਪਿਆਏ, ਸਹਿਜ, ਸਹਿਜ ਵਿੱਚ ਪਤਾ ਕੀ ਹੁੰਦਾ, ਸਲੋਲੀ 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 ਵਨ ਗੋਟ ਦਾ ਹੈਬਿਟ, ਸੇਵ ਕੀਤੀ ਸੰਤੋਖੀ ਜਿਨੀ ਸੱਚੋ ਸੱਚ ਤਿਆਇਆ, ਉਹਨੀ ਮੰਦੇ ਪੈਰ ਨਾ ਰੱਖਿਓਨ, ਕਰ ਸੁਕ੍ਰਿਤ ਧਰਮ ਕਮਾਇਆ, ਉਹਨੀ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ, ਤੂੰ ਬਖਸ਼ੀਸ਼ੀ ਅਗਲਾ ਨਿਤ ਦੇਵੈ ਚੜ੍ਹੈ ਸਵਾਇਆ, ਨਿਤ ਦੇਵੈ ਚੜ੍ਹੈ ਸਵਾਇਆ, ਵਡਿਆਈ ਵੱਡਾ ਪਾਇਆ, ਵਡਿਆਈ ਵੱਡਾ ਪਾਇਆ ਕੀ ਹੈ, ਉਹ ਰੱਬ ਜੀ ਨੂੰ ਨਾਲ ਪੋਕਿਟ 'ਚ ਲੈ ਕੇ ਫਿਰਦੇ ਰਹਿੰਦੇ ਨੇ, ਵਡਿਆਈ ਵੱਡਾ ਪਾਇਆ ਕੀ ਹੈ, ਰੱਬ ਜੀ ਉਹਨਾਂ ਦੇ ਨਾਲ ਇੱਕ ਬਾਡੀਗਾਰਡ ਬਣ ਕੇ ਫਿਰਦੇ ਰਹਿੰਦੇ ਨੇ, ਨਹੀਂ ਉਹ ਰੱਬ ਜੀ ਨੂੰ ਜੀਣ ਲੱਗ ਪੈਂਦੇ ਨੇ, ਵੱਡੇ ਦੇ ਨਾਲ ਇੱਕਮਿਕ ਹੋ ਕੇ ਰੱਬੀ ਗੁਣਾਂ ਦੇ ਮੁਤਾਬਕ ਹੀ ਜੀਣ ਲੱਗ ਪੈਂਦੇ ਨੇ। ਲੋਕ ਕਹਿੰਦੇ ਨੇ ਇਹਦੇ ਤਾਂ ਵਿਵਹਾਰ, ਇਹਦਾ ਉੱਠਣਾ ਬੈਠਣਾ ਇੰਝ ਹੋ ਗਿਆ ਜਿਵੇਂ ਬਿਲਕੁਲ ਰੱਬ। ਸਹਿਜੇ ਤਿਸੇ ਪਿਆਏ ਵਿੱਚ ਜਿਤਨੇ ਵੀ ਦੁਨੀਆ ਭਰ ਦੇ ਕਰਮ ਕਾਂਡ ਅਸੀਂ ਜ਼ਬਰਦਸਤੀ ਕਰਕੇ ਰੱਬ ਜੀ ਨੂੰ ਅਟੇਨ ਕਰਦੇ ਹਾਂ, ਉਹ ਰੱਬ ਜੀ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਸਹਿਜੇ ਦਾ ਮਤਲਬ ਹੈ ਆਟੋਮੈਟਿਕਲੀ, ਵੰਸ ਵਨ ਅੰਡਰਸਟੂਡ ਦਾ ਸੱਚ, ਧਰਮਖੰਡ ਗਿਆਨਖੰਡ ਸ਼ਰਮਖੰਡ ਕਰਮਖੰਡ, ਅਤੇ ਉਹ ਕੀ ਕਰਦਾ ਇਹਦੇ 'ਤੇ ਮਿਹਨਤ ਕਰਦਾ ਰਹਿੰਦਾ ਕਰਦਾ ਰਹਿੰਦਾ, ਉਹਦੀ ਆਦਤ ਬਣ ਜਾਂਦੀ ਹੈ, ਹੁਣ ਉਹ ਆਪਣੇ ਸੱਚੇ ਜੀਵਨ ਨੂੰ ਜੀਂਦਾ ਹੋਇਆ ਵੀ ਇਹਦੇ 'ਤੇ ਮਾਣ ਹੋਮੈ ਨਹੀਂ ਕਰਦਾ, ਸੱਚਖੰਡ 'ਚ ਐਂਟਰ ਕਰ ਜਾਂਦਾ, ਇਹ ਉਹਦਾ ਸਹਿਜੇ। ਕੁਛ ਵੀ ਨਹੀਂ ਜ਼ਬਰਦਸਤੀ ਧਿਆਨ ਟਿਕਾਉਣਾ ਪੈਂਦਾ, ਉਸਨੂੰ ਨਸ਼ਾ ਨਹੀਂ ਕਰਨਾ ਪੈਂਦਾ, ਉਸਨੂੰ ਚੌਂਕੜਾ ਨਹੀਂ ਮਾਰਨਾ ਪੈਂਦਾ, ਉਸਨੂੰ ਕੁੰਡਲ ਨਹੀਂ ਸਿੱਧੀ ਨਹੀਂ ਕਰਨੀ ਪੈਂਦੀ, ਉਸਨੂੰ ਇੱਥੋਂ ਦਾ ਜੋ ਕੋਈ ਕਮਲ ਹੈ ਉਹ ਨਹੀਂ ਕਰਨਾ ਪੈਂਦਾ, ਉਸਨੂੰ ਦਸਮ ਦੁਆਰ ਨਹੀਂ ਖੋਲ੍ਹਣਾ ਪੈਂਦਾ, ਉਸਨੂੰ ਕਿਸੇ ਵੀ ਕਿਸਮ ਦਾ ਕੁਛ ਵੀ ਨਹੀਂ ਕਰਨਾ ਪੈਂਦਾ। ਕਾਰਨ ਉਹ ਸੱਚ ਸਮਝ ਜਾਂਦਾ, ਸੱਚ ਆਸਤਾ ਆਸਤਾ ਜੀਣ ਲੱਗ ਪੈਂਦਾ, ਤਾਂ ਉਹਦਾ ਸਮਝੋ ਮਾਨੋ ਜਿਵੇਂ ਕਿ ਦੁਨਿਆਵੀ ਲੈਂਗੁਏਜ 'ਚ ਕਮਲ ਉਰਦ ਕਮਲ ਵਿਗਾਸ ਹੋ ਗਿਆ,
ਦੁਨਿਆਵੀ ਲੈਂਗੁਏਜ ਜਿਵੇਂ ਉਸਨੇ ਨਿਰਵਾਣ ਪਦ ਅਟੇਨ ਕਰ ਲਿਆ, ਦੁਨਿਆਵੀ ਲੈਂਗੁਏਜ 'ਚ ਜਿਵੇਂ ਉਸਨੇ ਤੁਰੀਆ ਅਵਸਥਾ ਪ੍ਰਾਪਤ ਕਰ ਲਈ, ਦੁਨਿਆਵੀ ਲੈਂਗੁਏਜ 'ਚ ਜਿਵੇਂ ਉਸਨੇ ਅਨਹਦ ਨਾਦ ਵਜਾ ਲਿਆ, ਦੁਨਿਆਵੀ ਲੈਂਗੁਏਜ 'ਚ ਜਿਵੇਂ ਉਸਨੇ ਰੱਬ ਜੀ ਨੂੰ ਪਾ ਲਿਆ। ਸਹਿਜੇ ਤਿਸੈ ਪਿਆਏ ਜਾਂ ਕੋ ਨਦਰ ਕਰੇ, ਇਹ ਪੰਕਤੀ ਨਾਲ ਹੀ ਆ ਗਈ ਕਿ ਨਦਰ, ਗੁਰਮਤ ਨਦਰ ਗ੍ਰੇਸ ਬਖਸ਼ਿਸ਼ ਨੂੰ ਮੰਨਦੀ ਹੈ ਕਿ ਮਨੁੱਖ ਦੇ ਕੀਤਿਆਂ ਨਹੀਂ ਕੁਛ ਪ੍ਰਾਪਤ ਹੁੰਦਾ। ਨਦਰ ਬਖਸ਼ਿਸ਼ ਗ੍ਰੇਸ ਮੀਨਸ ਮੇਰਾ ਮੁਝ ਮੈਂ ਕੁਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗ ਹੈ ਮੇਰਾ। ਇਹ ਤੇ ਨਦਰ ਸਿਖਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਹੈ, ਮੈਂ ਕੋਈ ਐਕਸਟਰਾ ਆਰਡੀਨਰੀ ਨਹੀਂ ਹਾਂ, ਜਾਂ ਮੇਰੇ 'ਚ ਕੋਈ ਹੀਨ ਭਾਵਨਾ ਨਹੀਂ ਹੈ ਕਿ ਮੈਂ ਗਰੀਬ ਹਾਂ ਜਾਂ ਮੈਂ ਬੜਾ ਪਿਛੜਿਆ ਹੋਇਆ, ਮੈਨੂੰ ਨੌਲੇਜ ਘੱਟ ਹੈ ਤੁਹਾਨੂੰ ਜ਼ਿਆਦਾ, ਅਸੀਂ ਤਾਂ ਸਵੇਰੇ ਨਹੀਂ ਉੱਠਦੇ ਤੁਸੀਂ ਤਾਂ ਪਹੁੰਚੇ ਹੋਏ, ਤੁਸੀਂ ਗੁਰਮੁਖ ਅਸੀਂ ਪਾਪੀ। ਨਾ ਨਾ ਹੀਨ ਭਾਵਨਾ ਇਨਫੀਰੀਟੀ ਕੰਪਲੈਕਸ ਹੈ, ਨਾ ਸੁਪੀਰੀਟੀ ਕੰਪਲੈਕਸ ਹੈ, ਕੋਈ ਵੀ ਕੰਪਲੈਕਸ ਨਹੀਂ ਹੈ ਨਾ। ਇਸ ਕਰਕੇ ਸਭ ਕੁਛ ਵਾਹਿਗੁਰੂ ਜੀ ਦਾ, ਤੇਰੇ ਮੇਰੇ ਵਿਚਕਾਰ ਸੁੰਦਰਤਾ ਅਮੀਰੀ ਛੋਟਾ ਵੱਡਾ ਗਿਆਨ ਦਾ ਵਾਧਾ ਜੋ ਕੁਛ ਵੀ ਹੈ ਨਾ, ਇਹ ਜਿੱਤ ਨਾ ਰੱਬ ਜੀ ਦੀ ਹੈ, ਵਾਹਿਗੁਰੂ ਜੀ ਕਾ ਖਾਲਸਾ ਹੈ ਅਤੇ ਵਾਹਿਗੁਰੂ ਜੀ ਦੀ ਫਤਿਹ ਹੈ, ਉਹਨਾਂ ਦੀ ਜਿੱਤ ਹੈ, ਮੇਰਾ ਇਹਦੇ 'ਚ ਕੁਛ ਨਹੀਂ ਹੈ। ਕਿਆ ਢੰਗ ਗੁਰੂ ਸਾਹਿਬ ਨੇ ਨਦਰ ਦਾ ਸਿਖਾਇਆ ਕਿ ਆਪ ਕਿਤਨਾ ਗ੍ਰੰਥ ਤਿਆਰ ਕਰਕੇ ਦੁਨੀਆ ਵਾਸਤੇ ਸੱਚ ਦੇ ਕੇ ਕਹਿੰਦੇ ਨੇ, ਤੇਰਾ ਕੀਤਾ ਜਾ ਤੋ ਨਾ ਹੀ ਮੈਨੂੰ ਜੋ ਕੀਤੋ ਹੀ, ਮੈਨੂੰ ਇਸ ਲਾਇਕ ਬਣਾਇਆ, ਵਰਨਾ ਮੈਂ ਨਿਰਗੁਣਿਆਰੇ ਕੋ ਗੁਣ ਨਾਹੀਂ, ਆਪੇ ਤਰਸ ਪਿਓਈ, ਤਰਸ ਪਿਆ ਮੇ ਰਾਮਤ ਹੋਈ। ਸਾਰਿਆਂ ਲੋਕਾਂ ਨੂੰ ਜਦੋਂ ਪਾਠ ਕਰਦਿਆਂ ਸੁਣੋ ਨਾ, ਜਿਨ੍ਹਾਂ ਦੇ ਘਰਾਂ 'ਚ ਜਾਓ ਜਾਂ ਸਾਡੇ ਘਰ ਜਦੋਂ ਕੋਈ ਆ ਜਾਏ, ਅਸੀਂ ਸਾਰੇ ਸ਼ੁੱਧ ਉਚਾਰਨ ਕਰ ਰਹੇ ਹੁੰਦੇ ਹਾਂ, ਉਹ ਕਰਦੇ ਹਾਂ ਤਰਸ ਪਿਆ ਮੈਂ ਰਾਮਤ ਹੋਈ, ਮੈਂ ਕਿਹਾ ਨਹੀਂ ਇਹਦਾ ਸ਼ੁੱਧ ਉਚਾਰਨ ਕਰਿਆ ਕਰੀਏ, ਸਮਝ ਆ ਜਾਏਗੀ, ਤਰਸ ਪਿਆ ਮੈਂ ਰਾਮਤ ਹੋਈ। ਮੇ ਰਾਮਤ ਕੀ ਹੈ, ਗ੍ਰੇਸ ਨਦਰ ਕਿਰਪਾ ਬਖਸ਼ਿਸ਼ ਪ੍ਰਸਾਦ ਨਦਰ। ਹੁਣ ਜਿਸ ਮਨੁੱਖ ਨੂੰ ਨਦਰ ਦੀ ਗੱਲ ਸਮਝ ਆ ਜਾਏਗੀ ਨਾ, ਉਹ ਇੱਥੋਂ ਜ਼ਬਰਦਸਤੀ ਰੱਬ ਦੇ ਨਾਂ ਦੇ ਗਿਣਤੀਆਂ ਉਹ ਰਟਨ ਨਹੀਂ ਕਰੇਗਾ। ਉਹ ਤਾਂ ਭਾਈ ਗੁਰਦਾਸ ਜੀ ਕਹਿੰਦੇ ਨੇ ਬੜੀ ਨਮਰਤਾ 'ਚ, ਰਸਨਾ ਰਸੀਲੀ ਨਾ ਏ, ਰਸਨਾ ਰਸੀਲੀ ਨਾ ਏ, ਬੇਨਤੀ ਬਖਾਨੋ ਕੈਸੇ। ਮੇਰੇ ਕੋਲ ਤਾਂ ਉਹ ਰਸਨਾ ਹੀ ਨਹੀਂ ਹੈ ਕਿ ਮੈਂ ਤੇਰੇ ਅੱਗੇ ਬੇਨਤੀ ਕਰ ਸਕਾਂ। ਉਹ ਕਹਿੰਦੇ ਜੀ ਇਹ ਤਾਂ ਸੱਚੇ ਦਿਲੋਂ ਭਾਵਨਾ ਨਾਲ ਅਰਦਾਸ ਕਰਦੇ ਨੇ ਪੂਰੀ ਹੋ ਜਾਂਦੀ ਹੈ। ਭਾਈ ਗੁਰਦਾਸ ਜੀ ਕਹਿ ਰਹੇ ਮੇਰੇ ਕੋਲ ਐਸੀ ਰਸਨਾ ਹੀ ਨਹੀਂ ਹੈ, ਮੈਂ ਤੇਰੀ ਅੱਗੇ ਬੇਨਤੀ ਕਿਵੇਂ ਕਰਾਂ। ਇੱਕ ਦੂ ਜੀਭੋਂ ਇੱਕ ਜੀਭ ਤੋਂ ਦੋ ਹੋ ਜਾਣ, ਇੱਕ ਦੂ ਜੀਭੋਂ ਲੱਖ ਹੋਏ, ਲੱਖ ਹੋਵੇ ਲੱਖ ਵੀਹ ਲੱਖ ਹੋ ਜਾਣ, ਅਤੇ 20 ਲੱਖ ਜੀਭਾਂ ਦੇ ਨਾਲ ਲੱਖ ਲੱਖ ਗੇੜਾ ਆਖੀਆਂ। ਜੇ ਤੂੰ ਇਹ ਸੋਚਦਾ ਹੋਏ ਕਿ ਜੀਭ ਦੇ ਰਟਨ ਨਾਲ ਜੇ ਪ੍ਰਾਪਤ ਹੋ ਜਾਂਦਾ, ਜੇ ਤੈਨੂੰ ਇਹ ਭੁਲੇਖਾ ਪੈ ਗਿਆ ਨਾ ਜੀਭ ਦੇ ਰਟਨ ਨਾਲ ਹੋ ਜਾਂਦਾ, ਤਾਂ ਤੂੰ ਨਦਰ ਭੁੱਲ ਗਿਆ। ਤੂੰ ਸੋਚ ਰਿਹਾ ਮੈਂ ਜੀਭ ਦੇ ਨਾਲ ਕਰਾਂਗਾ, ਜੇ ਜੀਭ ਦੇ ਨਾਲ ਕਰਨ ਨਾਲ ਹੁੰਦਾ ਹੋਵੇ ਤਾਂ ਗੂੰਗੇ ਦਾ ਕੀ ਕਰਾਂਗੇ। ਇਹਦਾ ਮਤਲਬ ਗੂੰਗਾ ਰੱਬ ਜੀ ਨੂੰ ਪ੍ਰਾਪਤ ਨਹੀਂ ਕਰ ਸਕਦਾ। ਅਰੇ ਰੱਬ ਜੀ ਦੀ ਪ੍ਰਾਪਤੀ ਦਾ ਤੇ ਗੁਰੂ ਸਾਹਿਬ ਈਡੀਅਮ ਹੀ ਗੂੰਗੇ ਦਾ ਵਰਤਦੇ ਨੇ, ਜਿਨੀ ਚਾਖੀ ਸੋਈ ਜਾਣੇ, ਗੂੰਗੇ ਕੀ ਮਠਿਆਈ। ਗੂੰਗੇ ਨੂੰ ਵੀ ਜੇ ਤੁਸੀਂ ਪਾਸ ਕਰਾਉਣਾ ਚਾਹੁੰਦੇ ਹੋ ਯੂਨੀਵਰਸਲ ਟਰੁੱਥ 'ਚ, ਤਾਂ ਇਹ ਫੰਡਾ ਸਮਝ ਆ ਜਾਏਗਾ ਕਿ ਜੀਭ ਦੇ ਰਟਨ ਦੇ ਨਾਲ ਜ਼ਬਰਦਸਤੀ ਇੱਕ ਰੱਬ ਦਾ ਨਾਂ ਗਿਣਤੀਆਂ ਮਿਣਤੀਆਂ ਕਰਕੇ ਕੂੜੀ ਕੂੜੇ ਠੀਸ ਵਾਲੇ ਟੌਪਿਕ ਮੁਤਾਬਕ ਸਮਝ ਪੈ ਜਾਏਗੀ ਕਿ ਇਹ ਤਾਂ ਉਂਝ ਹੈ ਜਿਸ ਤਰ੍ਹਾਂ ਸੁਣ ਗੱਲਾਂ ਆਕਾਸ਼ ਕੀ ਕੀਟਾਂ ਇਰੀਸ, ਚੀਟੀਓ ਕੋ ਨਾ ਆਸਮਾਨ ਕੀ ਨਕਲ ਮਾਰਨੇ ਕਾ ਚਿੱਤ ਕਰ ਆਇਆ। ਇਹ ਜੀਵ ਦੇ ਰਟਨ, ਗਿਣਤੀਆਂ ਮਿਣਤੀਆਂ ਦੇ ਰਟਨ, 101 ਅਖੰਡ ਪਾਠ ਦੇ ਰਟਨ, 13-13 51 ਅਖੰਡ ਪਾਠ ਸੁਖਮਨੀ ਸਾਹਿਬ, ਇਹ ਸਾਰੇ ਨਾ ਜ਼ਬਰਦਸਤੀ ਰੱਬ ਜੀ ਨੂੰ ਅਟੇਨ। ਦੇਖੋ ਮੇਰਾ ਪੁੱਤਰ ਨਹੀਂ ਹੈ ਅਤੇ ਅਸੀਂ ਹੁਣ ਦੇਖੋ 151 ਜਾਂ 51 ਸੁਖਮਨੀ ਸਾਹਿਬ ਕਰਾਉਣ ਲੱਗਿਆ, ਹੁਣ ਦੇਖੋ ਮੰਨ ਜਾਓ ਪਲੀਜ਼ ਪੁੱਤਰ ਦੇਖਣ ਨਹੀਂ, ਨਦਰ ਭੁੱਲ ਕੇ। ਗੁਰਮਤ ਦਾ ਇਹ ਬੜਾ ਕੀਮਤੀ ਫੰਡਾ ਪੂਰੀ ਦੁਨੀਆ ਵਾਸਤੇ ਹੈ ਕਿ ਤੇਰੇ ਕੀਤਿਆਂ, ਤੇਰੇ ਹੱਠ ਯੋਗ ਨਾਲ, ਤੇਰੇ ਕਿਸੇ ਐਫਰਟਸ ਦੇ ਨਾਲ ਨਹੀਂ, ਤੁਝੇ ਐਫਰਟ ਕਰਨੇ ਨੇ ਤਾਂ ਪਤਾ ਕੀ ਕਰ, ਸੱਚ ਨੂੰ ਸੁਣ, ਸੱਚ ਦੀ ਸ਼ਰਾਬ ਪੀ, ਸੱਚ ਦੀ ਸ਼ਰਾਬ ਜੀ, ਤਾਂ ਤੇਰੇ ਕੋਲੋਂ ਨਾ ਸਹਿਜੇ ਹੀ ਐਸਾ ਜੀਵਨ ਹੋ ਜਾਏਗਾ। ਅਸੀਂ ਕਿਉਂ ਕ੍ਰੀਏਟਿਵ ਨਹੀਂ ਹਾਂ,
क्योंकि सानू समझ आ गई है आवर उपदेश है आप ना करे, बड़ा आसान है भाई साहब, दूसरों के ऊपर ज्ञान झाड़ दो आप ना करो, ऐना तेनू जो जो चले चुभे दुख पावे हो जाएगा, तेनू कंडे चुभन गए दे, क्योंकि तू ये कहेंगा ये नास्तिक इन्हों इतनी समझ नहीं है, ये मूर्ति पूजते ने, वर्त रखते ने, बिल्कुल पागल ने, इन्हों समझ नहीं आती की कर देंगे, नरकों नू जानगे, रब ये वो, तू रब खरीदया होया, तेनू सच पता लग्या है तो तू उसनू पी ऐश कर, अमृत का व्यापारी होवे, तू उन्होंने तो कह रही था कि इन्हें अल्कोहल पीती हुई है, असी नहीं इन्हें बहना, शराबी ने, पर जे उन्हें शराब छोड़ दिती तेरा की बनेगा, तू सोच, तू ता भी यही कहता रहेगा मैनू नॉलेज ज्यादा है, मैनू ज्ञान ज्यादा है, तू लोगों नरक भेजता रहेगा, तू पापी पुन्नी की गेम च पिया रहेगा, तू लोगों मन मतिया अनमतिया कहता रहेगा, लोगों पापी कहता रहेगा, तो बते भुलेखे नाल तेरे को इंज भी हो जाता हो कि तू जिस शीशे नू वेख के लोग अपना फेस तक लेंदे सन तू खोरे उस शीशे नू तोड़न टुर पवे, क्योंकि तेनू झूठे ज्ञान का नशा चढ़ गया है, पर जिहड़ा सच का ज्ञान ले लैंदा ना वह की करता अमृत का व्यापारी हो जाता है, अमृत का व्यापारी होवे। क्या मद छूछे भाव धरे, की है छूछे जे नशे विच पे हो, बाकी सारे नशे वड्डे ने अते शराब दा, इस नूं कहिंदे ने क्या मद छूछे भाव धरे, कि झूठे नशे दे विच प्यार तू रखिया होया दे नाल। इस बारे जाग, इस तो बाद सानू हर किस्म के हंकार की जड़ी शराब का नशा चढ़िया होया, मैं दोवें नाल नाल पक्ष ले जा रहा, शब्द एल्कोहलिक शराब के अगेंस्ट है, पर नाल नाल असी सारा समझना है, मते सानू कोई कवे ओ सिख लोग ना सिर्फ शराब के अगेंस्ट है, बैकवर्ड है, वी आर टॉकिंग अबाउट ऑल शराब्स, ऑल नशे, पर वो समझेगा कि ये सारे नशे बारे गल कर रहे, तो आप एल्कोहल वर्गी निक्की जी चीज ही पी लेंगे ने, हंकार का नशा वड्डा है, ज्ञान का नशा वड्डा है, बरादरी का नशा वड्डा है, अपने वड्डे बिजनेस का नशा वड्डा है, अपने मैनहुड का, मैं पति हूं, मैं घर का मालक हूं, ये नशा वड्डा है, गुरु के सिख छोटा जिहा एल्कोहल का भी नशा कर लेंगे, अफसोस लोग ये हसणगे साढ़े ते, पर सानू जदों वेखदे ने कि मॉडर्न पुणे दे चक्कर च अपने घर अपने आर्कीटेक्ट नू कहिंदे ने सब कुछ सोहना बनाओ, पर फालतू भावें पैसे लगन, एक गुरु ग्रंथ साहिब जी का कमरा बहुत वधिया बनाना, लेकिन उस तो इलावा ना मैं सोसाइटी च प्रवान होना चाहता, उस नालों भी भावें 1,00,000 रुपया वाधू लगे, बार बड़ी सोहनी बना, तो मैं तुहानू टिकट दे पैसे देंदा, फॉरन कंट्री देख के आओ, स्टाइल देख देख के आओ, मेरे घर विच मोस्ट एक्सक्लूसिव बार होनी चाहिए है, तो मते दुनिया कहे कि गुरु का सिख है बाणी पढ़द सच सिखद सच, वह गुरु के सिखा वास्ते 1947 तो पहला यह होंदा सी, जो अंग्रेज कहता सी कि गुरुद्वारे दे सिख जाए जिहड़ी गुरु की सिखी लैके सिख जड़े ने इन्हों की कचहरी मैं अगवाई मनांगा, ਉਹ ਜ਼ਮਾਨਾ ਸੀ। ਅੱਜ ਦੀ ਡੇਟ 'ਚ ਉਹ ਸਾਨੂੰ ਤੱਕਦੇ ਨੇ, ਸਾਡੇ ਘਰ 'ਚ ਜਦੋਂ ਅਖੰਡ ਪਾਠ ਰੱਖਿਆ ਜਾਂਦਾ ਬਾਬਾ ਜੀ ਲੈ ਜਾਂਦੇ ਨੇ, ਬਾਹਰ ਸਾਫ਼ ਕਰ ਦਿੱਤੀ ਜਾਂਦੀ ਹੈ, ਅਤੇ ਜਦੋਂ ਬਾਬਾ ਜੀ ਨੂੰ ਲੈ ਜਾਂਦੇ ਨੇ ਫਿਰ ਬਾਹਰ ਸਜਾ ਦਿੱਤੀ ਜਾਂਦੀ ਹੈ। ਉਹ ਸਾਡੇ ਘਰਾਂ ਦੇ ਵਿੱਚ ਬੜੇ ਮਾਣ ਦੇ ਨਾਲ ਸਾਰੀਆਂ ਸ਼ਰਾਬਾਂ ਦੇ ਛੋਟੇ ਛੋਟੇ ਸੈਂਪਲ ਲਗਾਏ ਜਾਂਦੇ ਨੇ, ਅਤੇ ਜੇ ਉਹਨਾਂ ਨੂੰ ਕਹੋ ਕਿ ਅੱਛਾ ਤੁਸੀਂ ਇੱਥੇ ਗੁਰਬਾਣੀ ਦੀ ਕੋਈ ਕੋਟੇਸ਼ਨ ਦੀ ਆਰਟੀਕਲ ਹੀ ਲਗਾ ਲਓ, ਉਹ ਨਹੀਂ ਉਹਨੇ ਡਰਾਇੰਗ ਰੂਮ ਵਿੱਚ, ਡਰਾਇੰਗ ਰੂਮ ਹੈ ਨਸ਼ਈਆਂ ਵਾਸਤੇ, ਡਰਾਇੰਗ ਰੂਮ ਹੈ ਜਿਨ੍ਹਾਂ ਦੀ ਮੱਤ ਟਿਕਾਣੇ ਨਹੀਂ ਹੁੰਦੀ ਉਹਨਾਂ ਵਾਸਤੇ, ਇਹ ਸਾਡਾ ਕਲਚਰ ਇਹ ਨਹੀਂ, ਇਹ ਦਿਸ ਇਜ਼ ਨੋਟ ਅਵਰ ਕਲਚਰ ਐਟ ਆਲ,
ਜਿਹੜੇ ਗੁਰੂ ਨਾਨਕ ਸਾਹਿਬ ਸਾਨੂੰ ਅੰਮ੍ਰਿਤ ਕਾ ਵਪਾਰ ਹੀ ਹੋਵੇ ਸਿਖਾ ਰਹੇ ਨੇ, ਖੰਡੇ ਕੀ ਪੌਲ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਛਕਾ ਰਹੇ ਨੇ ਕਿ ਤੂੰ ਨਸ਼ਾ ਨਹੀਂ ਕਰਨਾ, ਉਹ ਗੁਰੂ ਕੇ ਸਿੱਖ ਅੰਮ੍ਰਿਤ ਕਾ ਵਪਾਰੀ ਹੋਵੇ। ਕਿਆ ਮਦ ਛੂਛੇ ਪਾਵਤਰ, ਇਹ ਛੂਛੇ ਜੇ ਮਦ ਜਿਹੜਾ ਰਾਤੀ ਪੀਤਾ ਸਵੇਰੇ ਉਤਰ ਗਿਆ। ਗੁਰ ਕੀ ਸਾਖੀ ਅੰਮ੍ਰਿਤ ਬਾਣੀ, ਗੁਰੂ ਕੀ ਸਾਖੀ, ਸਾਖੀ ਡਜ਼ ਨੋਟ ਮੀਨ ਸਟੋਰੀ, ਸਾਖੀ ਮੀਨ ਸਿੱਖਿਆ। ਜਿਵੇਂ ਕਹਿੰਦੇ ਨਾ ਗੁਰ ਸਾਖੀ ਕਾ ਉਜਿਆਰਾ, ਉਜਿਆਰਾ ਮੀਨਸ ਗਿਆਨ ਚਾਨਣ। ਗੁਰੂ ਕੀ ਸਾਖੀ ਅੰਮ੍ਰਿਤ ਬਾਣੀ, ਗੁਰੂ ਦੀ ਸਿੱਖਿਆ ਜਿਹੜੀ ਹੈ ਨਾ ਇਹ ਅੰਮ੍ਰਿਤ ਬਾਣੀ ਹੈ। ਇਹ ਤੇਰਾ ਸੱਚ ਦਾ ਨਸ਼ਾ ਕਦੇ ਨਹੀਂ ਆ ਉਤਰਨ ਦੇਗੀ। ਪੀਵਤ ਹੀ ਪ੍ਰਵਾਨ ਪਿਆ, ਤੂੰ ਇਹ ਪੀ ਲੈ ਤੂੰ ਪ੍ਰਵਾਨ ਹੋਏਗਾ, ਤੈਨੂੰ ਸਾਰੇ ਪਸੰਦ ਕਰਨਗੇ, ਤੇਰੇ ਨਾਲ ਸਾਰੇ ਪਿਆਰ ਕਰਨਗੇ, ਤੇਰਾ ਸਾਰੇ ਸਤਿਕਾਰ ਕਰਨਗੇ। ਲੇਕਿਨ ਅਸੀਂ ਸੋਚਦੇ ਹਾਂ ਕਿ ਜੇ ਮੈਂ ਐਲਕੋਹਲ ਪੀਵਾਂਗਾ ਤਾਂ ਸਾਰੇ ਪਿਆਰ ਕਰਨਗੇ। ਓ ਨੋ, ਪੀਪਲ ਕਹਿੰਦੇ ਨੇ, ਲੋਕ ਕਹਿੰਦੇ ਨੇ ਫਲਾਣੇ ਦਾ ਜਿਗਰ ਖਰਾਬ ਹੋ ਗਿਆ, ਬਹੁਤ ਪੀਂਦਾ ਸੀ। ਫਲਾਣਾ ਦੇਖੋ ਜੀ ਪੀ ਲਿਆ ਹੋ ਗਿਆ, ਬਹੁਤ ਪੀਂਦਾ ਸੀ, ਫਲਾਣੇ ਦਾ ਇਹ ਹੋ ਗਿਆ। ਇੱਥੇ ਹੀ ਮੈਨੂੰ ਭਾਰਤ 'ਚ ਜਿਹੜੇ ਸਰਦਾਰ ਜੀ ਕਹਿੰਦੇ ਸਨ ਨਾ, ਮੈਂ ਰੋਜ਼ ਰਾਤ ਨੂੰ ਪੀ ਕੇ ਸੌਂ ਜਾਂਦਾ, ਉਹ ਅਗਲੀ ਦਫਾ ਮੈਂ ਆਇਆ ਤਾਂ ਮੈਨੂੰ ਕਹਿੰਦੇ ਨੇ, ਮੈਂ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਨਾ ਚਾਹੁੰਦਾ। ਮੈਂ ਕਿਹਾ ਕਿ ਕਹਿੰਦਾ ਭਾਵੇਂ ਮੇਰੀ ਉਮਰ ਤੁਹਾਡੇ ਪਿਤਾ ਜਿੰਨੀ ਹੈ, ਪਰ ਮੈਂ ਮੁਥਾਜ ਹੋ ਗਿਆ ਇਤਨਾ ਕਿ ਸਵੇਰੇ ਜਿਉਂ ਹੀ ਮੇਰੀ ਅੱਖ ਖੁੱਲਦੀ ਹੈ, ਮੈਂ ਵਹੁਟੀ ਨੂੰ ਕਿਹਾ, ਮੇਰੇ ਸਰਹੰਦੀ ਨਾ ਸ਼ਰਾਬ ਦੀ ਬੋਤਲ ਅਤੇ ਗਲਾਸ ਰੱਖ ਦਿਆ ਕਰ ਅਤੇ ਬੋਤਲ ਖੋਲ੍ਹ ਦਿਆ ਕਰ, ਕਿਉਂਕਿ ਮੈਨੂੰ ਅੱਖਾਂ ਮਲਦਿਆਂ ਮਲਦਿਆਂ ਉਹਦੀ ਸੀਲ ਖੋਲ੍ਹਣੀ ਮੁਸ਼ਕਲ ਹੁੰਦੀ ਅਤੇ ਮੈਨੂੰ ਦੱਸੋ, ਮੈਂ ਤਾਂ ਮੁਥਾਜ ਹੋ ਗਿਆ। ਮੈਂ ਕਿਹਾ ਇਹ ਤਾਂ ਹੁਣ ਘਰ ਅੱਗ ਲੱਗ ਗਈ ਹੈ, ਜੈਸੇ ਘਰ ਲੱਗ ਗਿਆ ਅੱਗ ਜਾ ਕੂਆਂ ਖੋ ਦਿਓ, ਚਾਹ ਕਾਰਜ ਨਾ ਸੀ ਦੋਏ ਰੋਏ ਪਛਤਾਈਏ, ਅਬ ਕਿਆ ਅਬ ਤੁਹਾਰਾ ਲੀਵਰ ਸਭ ਕੁਝ ਖਰਾਬ ਹੋ ਗਿਆ। ਤਾਂ ਉਹਨਾਂ ਰੋਣ ਲੱਗ ਪਏ, ਕਹਿੰਦੇ ਮੈਨੂੰ ਇਹਦੇ ਕੋਲ ਛੁਡਾਓ, ਬਟ ਆਈ ਐਮ ਸੋਰੀ ਆਈ ਕੁੱਡ ਨੋਟ ਹੈਲਪ ਹਿਮ। ਨੈਕਸਟ ਟਾਈਮ ਵੈਨ ਆਈ ਕੇਮ, ਡਾਕਟਰ ਸੈਡ ਹੀ ਟੋਲਡ ਮੀ, ਹਿਜ਼ ਵਾਈਫ ਟੋਲਡ ਮੀ। ਮੈਂ ਕੀ ਕਹਿੰਦੀ, ਹੁਣ ਨਾ ਇਹਨਾਂ ਨੂੰ ਡਾਕਟਰ ਨੇ ਕਿਹਾ ਜੇ ਇੱਕ ਘੁੱਟ ਵੀ ਜੇ ਤੁਸੀਂ ਪੀਤੀ ਤਾਂ ਮਰ ਜਾਓਗੇ, ਇਸ ਕਰਕੇ ਨਾ ਹੁਣ ਇਹ ਪੀ ਨਹੀਂ ਸਕਦੇ ਨੇ। ਇਹਨਾਂ ਗਲਾਸ ਨੂੰ ਇੰਝ ਲਾਉਂਦੇ ਨੇ, ਅੰਦਰ ਜਾਂਦੀ ਨਹੀਂ ਹੈ। ਐਸੀ ਗੱਲ ਜੇ ਵਾਪਰਦੀ ਹੈ ਤਾਂ ਇਹਦਾ ਮਤਲਬ ਸਾਨੂੰ ਸਾਡੇ ਘਰਾਂ ਵਿੱਚ ਵੀ ਇਨਫੈਕਟ ਪ੍ਰਵਾਨ ਨਹੀਂ ਕੀਤਾ ਜਾਂਦਾ। ਪੀਵਤ ਹੀ ਪ੍ਰਵਾਨ ਪਿਆ ਵਾਲੀ ਸ਼ਰਾਬ ਜੋ ਅਸੀਂ ਨਹੀਂ ਪੀਤੀ, ਦੁਨੀਆ ਸੋਸਾਇਟੀ ਦੇ ਵਿੱਚ ਗਲਾਸ ਖੜਕਾ ਕੇ ਅਸੀਂ ਸੋਚਿਆ ਮੈਂ ਪ੍ਰਵਾਨ ਹੋ ਜਾਵਾਂਗਾ, ਸਾਨੂੰ ਪ੍ਰਵਾਨ ਕਰਦੇ ਨਹੀਂ ਨੇ। ਦਰਅਸਲ ਸਾਡੇ ਪਿੱਛੋਂ ਕਹਿੰਦੇ ਨੇ ਭਾਵੇਂ ਗੁਰਦੁਆਰੇ ਜਾਂਦਾ ਪਰ ਸ਼ਰਾਬ ਕਿਉਂ ਪੀਂਦਾ ਫਿਰ? ਸਾਡੇ ਬਾਰੇ ਇੰਝ ਗੱਲ ਹੁੰਦੀ ਹੈ। ਡਰ ਦਰਸ਼ਨ ਕਾ ਪ੍ਰੀਤਮ ਹੋਵੇ, ਡਰ ਦਰਸ਼ਨ ਕਾ, ਰੱਬ ਜੀ ਦੇ ਡਰ ਦਾ, ਉਹਦੇ ਦਰਸ਼ਨ ਦਾ, ਸੱਚ ਦਾ ਪ੍ਰੀਤਮ ਹੋਣਾ ਚਾਹੀਦਾ। ਮੁਕਤ ਬੈਕੁੰਠੈ ਕਰੈ ਕਿਆ, ਜਿਹੜੇ ਸੱਚ ਦੀ ਸ਼ਰਾਬ ਪੀ ਲੈਂਦਾ ਨਾ ਉਹ ਸੱਚ ਦੇ ਦਰਸ਼ਨ ਦਾ ਪ੍ਰੀਤਮ ਹੋ ਜਾਂਦਾ, ਉਸ ਨੂੰ ਨਾ ਮੁਕਤੀ, ਮਰਨ ਤੋਂ ਬਾਅਦ ਮੁਕਤੀ, ਮਰਨ ਤੋਂ ਬਾਅਦ ਬੈਕੁੰਠ, ਮਰਨ ਤੋਂ ਬਾਅਦ ਸਵਰਗ, ਮਰਨ ਤੋਂ ਬਾਅਦ ਰੱਬ ਜੀ ਦੇ ਚਰਨਾਂ 'ਚ ਨਿਵਾਸ। ਕਿਸੇ ਵੀ ਚੀਜ਼ ਦੀ ਕੋਈ ਆਸ ਨਹੀਂ ਰਹਿੰਦੀ ਹੈ ਕਿਉਂਕਿ ਉਸਨੇ ਹੁਣੇ ਜੀਂਦੇ ਜੀ ਰੱਬ ਜੀ ਦੇ ਚਰਨਾਂ 'ਚ ਨਿਵਾਸ ਲੈ ਲਿਆ। ਇਸ ਕਾ ਮਤਲਬ ਜੋ ਐਲਕੋਹਲ ਪੀਤੇ ਹੈ ਉਹ ਰੱਬ ਜੀ ਦੇ ਚਰਨਾਂ 'ਚ ਪਹੁੰਚ ਨਹੀਂ ਪਾਉਂਦੇ ਨੇ। ਬਾਕੀ ਜਿਤਨੇ ਕਿਸਮਾਂ ਦੀ ਸ਼ਰਾਬ ਹੈ ਉਹ ਵਾਲੇ ਵੀ ਨਹੀਂ ਪਹੁੰਚ ਪਾਉਂਦੇ ਨੇ, ਪਰ ਉਹਦੇ ਵਾਸਤੇ ਮੁਕਤੀ ਔਰ ਸਭ ਕੁਝ ਸੁਪਰਫਲੂਅਸ ਹੋ ਜਾਂਦਾ ਜੀਂਦੇ ਜੀ ਪ੍ਰੈਜੈਂਟ 'ਚ। ਸਿਫਤੀ ਰੱਤਾ ਸਦ ਬੈਰਾਗੀ, ਸਿਫਤੀ ਉਹ ਰੱਬ ਜੀ ਦੀਆਂ ਸਿਫਤਾਂ ਦਾ ਹਮੇਸ਼ਾ ਰੱਤਿਆ ਹੁੰਦਾ, ਇਸ ਕਿਸਮ ਦਾ ਬੈਰਾਗੀ ਹੁੰਦਾ ਹੈ। ਜਿਹੜੇ ਲੋਕ ਸ਼ਰਾਬ ਨਹੀਂ ਪੀਂਦੇ ਨੇ ਉਹਨਾਂ ਨੂੰ ਲੋਕ ਪੀਣ ਵਾਲੇ ਬੈਕਵਰਡ ਸਮਝਦੇ ਨੇ, ਪੀਣ ਵਾਲੇ ਸੋਚਦੇ ਨੇ ਜੇ ਅਸੀਂ ਸ਼ਰਾਬ ਛੋੜੀ ਤਾਂ ਅਸੀਂ ਸੋਸਾਇਟੀ ਤੋਂ ਆਊਟ ਹੋ ਜਾਵਾਂਗੇ। ਗੁਰੂ ਸਾਹਿਬ ਕਹਿੰਦੇ ਨੇ ਜੇ ਤੂੰ ਸੱਚ ਦੀ ਸ਼ਰਾਬ ਪੀਏ ਨਾ, ਰੱਬ ਜੀ ਦੀ ਸਿਫਤਾਂ ਵਾਲਾ ਜੀਵਨ ਬਣਾ ਲੈ ਨਾ, ਇਹ ਬੈਰਾਗੀ ਹੈ, ਤੈਨੂੰ ਕੁਛ ਵੀ ਨਹੀਂ ਛੋੜ ਕੇ ਜਾਣਾ ਪਏਗਾ, ਹੱਸਦਿਆਂ ਖਿਲੰਦਿਆਂ ਪਹਿਨੰਦਿਆਂ ਵਿੱਚੇ ਹੋਵੇ, ਮੁਕਤ ਵਾਲੀ ਗੇਮ ਸਮਝ ਆ ਜਾਏਗੀ। ਸਿਫਤੀ ਰੱਤਾ ਸਦ ਬੈਰਾਗੀ, ਪਰ ਐਲਕੋਹਲ ਵਾਲੀ ਸ਼ਰਾਬ ਜਾਂ ਦੁਨਿਆਵੀ ਜਿਤਨੀ ਕਿਸਮਾਂ ਦੀ ਸਾਡੀ ਮਾਇਆ ਵਾਲੀ ਹੈ, ਅਹੰਕਾਰ ਵਾਲੀ ਜਾਂ ਕੱਪੜਿਆਂ ਵਾਲੀ ਜਾਂ ਕਿਸੇ ਵੀ ਦਿਖਾਵੇ ਵਾਲੀ ਸ਼ਰਾਬ ਹੈ, ਉਹਨਾਂ ਸ਼ਰਾਬਾਂ ਦੇ ਨਸ਼ੇ ਵਿੱਚ ਜੂਏ ਜਨਮ ਨਾ ਹਾਰੈ, ਉਹ ਜਨਮ ਜੂਏ 'ਚ ਨਹੀਂ ਹਾਰਦਾ। ਕਹੋ ਨਾਨਕ ਸੁਣ ਭਰਥਰ ਜੋਗੀ, ਖੀਵਾ ਅੰਮ੍ਰਿਤ ਧਾਰੈ। ਭਰਥਰ ਜੋਗੀ ਨੂੰ ਮੁਖਾਤਿਬ ਕਰਕੇ ਕਹਿ ਰਹੇ ਨੇ। ਥੋੜ੍ਹੇ ਜਿਹੇ ਪੁਆਇੰਟ ਮੈਂ ਤੁਹਾਡੇ ਨਾਲ ਇਸ ਸ਼ਰਾਬ ਬਾਰੇ ਹੋਰ ਸ਼ੇਅਰ ਕਰਦਾ, ਅਤੇ ਕਰਨ ਤੋਂ ਬਾਅਦ ਮੈਂ ਤੁਹਾਡੇ ਅੱਗੇ ਓਪਨ ਡਿਸਕਸ਼ਨ ਵਾਸਤੇ ਬੇਨਤੀ ਕਰਦਾ ਕਿ ਹੁਣ ਤੱਕ ਮੈਂ ਬੋਲਦਾ ਸਾਂ
ਥੋੜ੍ਹੇ ਜਿਹੇ ਪੁਆਇੰਟ ਹੋਰ ਸ਼ੇਅਰ ਕਰਨ ਤੋਂ ਬਾਅਦ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਕਿ ਤੁਸੀਂ ਚਾਹੋ ਤਾਂ ਮੇਰੇ ਨਾਲ ਕੁਐਸਚਨ ਆਨਸਰ ਕਰ ਦਿਓ ਕਰ ਸਕਦੇ ਹੋ ਅਤੇ ਕੁਐਸਚਨ ਆਨਸਰ ਦੇ ਸੈਸ਼ਨ ਤੋਂ ਬਾਅਦ ਅਸੀਂ ਬ੍ਰੇਕ ਲਵਾਂਗੇ ਤਾਂ ਆਪਣੀ ਰਿਲੇਸ਼ਨਸ਼ਿਪ ਅਤੇ ਲਵ ਵਾਲੀ ਗੇਮ ਨੂੰ ਸਿੱਖਾਂਗੇ ਜਿਹੜੀ ਕਿ ਸਾਡੇ ਘਰਾਂ ਵਿੱਚ ਐਲਕੋਹੋਲ ਪੀਣ ਕਾਰਨ ਦੇ ਕਾਰਨ ਟੁੱਟ ਗਈ ਹੈ, ਜਿਹੜੇ ਸਾਡੇ ਘਰ ਸ਼ਰਾਬਾਂ ਦੇ ਕਾਰਨ ਬਰਬਾਦ ਹੋ ਗਏ ਨੇ, ਉਸ ਟੌਪਿਕ ਬਾਰੇ। ਸ਼ਰਾਬ ਅੰਗੂਰਾਂ ਦੀ ਬਣਦੀ ਹੈ, ਅੰਗੂਰ ਦੀ ਡੇਟ ਆਫ ਐਕਸਪਾਇਰੀ ਹੁੰਦੀ ਹੈ, ਇਸ ਕਰਕੇ ਸ਼ਰਾਬ ਅੰਗੂਰਾਂ ਦੀ ਬਣਦੀ ਹੈ ਅਤੇ ਸ਼ਰਾਬ ਦਾ ਨਸ਼ਾ ਰਾਤੀ ਪੀਓ ਸਵੇਰੇ ਐਕਸਪਾਇਰ ਹੋ ਜਾਂਦਾ। ਇਹ ਮੈਂ ਥੋੜ੍ਹੇ ਜਿਹੇ ਕੰਪੈਰੀਜ਼ਨ ਲਿਖੇ ਨੇ ਆਪਣੀ ਮੌਜ ਵਿੱਚ। ਐਂਟੀਬਾਇਓਟਿਕ ਅੱਜ ਅਮੈਰੀਕਾ ਵਿੱਚ ਕਾਫੀ ਹੱਦ ਤੱਕ ਨਾ ਮਨਾ ਕਰਦੇ ਨੇ ਡਾਕਟਰ, ਕਿਉਂ ਅਜੀ ਇਹਦੇ ਸਾਈਡ ਇਫੈਕਟ ਬੜੇ ਨੇ। ਕੀ ਹੈ ਜੀ, ਤੁਹਾਡਾ ਰੋਗ ਤਾਂ ਐਵੇਂ ਨਾ, ਪਰ ਇਸ ਤੋਂ ਇਲਾਵਾ ਸਾਰੀ ਬਾਡੀ 'ਤੇ ਨਾ ਔਰ ਸਾਈਡ ਇਫੈਕਟ ਬੜੇ ਸਾਰੇ ਕਰ ਜਾਏਗੀ, ਜਿਹੜੀਆਂ ਚੀਜ਼ਾਂ ਜਿਹੜੇ ਜਿਹੜੇ ਤੁਹਾਡੀ ਬਾਡੀ ਦੇ ਕੀਮਤੀ ਪਾਰਟਸ ਨੇ ਉਹਨਾਂ ਵਿੱਚ ਕੁਛ ਨੁਕਸਾਨ ਵੀ ਕਰ ਜਾਏਗੀ, ਉਹਨਾਂ ਉੱਤੇ ਕੁਛ ਡਾਇਨਾਮਾਈਟ ਵੀ ਸੁੱਟ ਜਾਏਗੀ, ਤੁਹਾਡੀ ਬਰਬਾਦੀ ਕਰ ਜਾਏਗੀ। ਇਸ ਕਰਕੇ ਐਂਟੀਬਾਇਓਟਿਕ ਨਾ ਖਤਰਨਾਕ ਹੈ। ਪਰ ਸ਼ਰਾਬ ਕੀ ਕਰਦੀ ਹੈ, ਜਿਹੜੇ ਲੋਕ ਕਹਿੰਦੇ ਇੱਕ ਪੈਗ ਪੀ ਲਿਆ ਤਾਂ ਕੀ ਹੋਇਆ, ਰਾਤੀ ਪੀ ਕੇ ਸੌਂ ਗਏ ਹਾਂ, ਉਹਨਾਂ ਇਹ ਐਂਟੀਬਾਇਓਟਿਕ ਵਾਂਗੂ ਹੋ ਜਾਏਗੀ ਆ। ਤੂੰ ਸੋਚਦਾ ਮੇਰਾ ਇਹ ਰੋਗ ਦੂਰ ਕਰ ਦੇਗੀ ਕਿ ਮੈਂ ਰਾਤੀ ਆਰਾਮ ਨਾਲ ਸੋ ਜਾਵਾਂਗਾ, ਪਰ ਐਂਟੀਬਾਇਓਟਿਕ ਵਾਂਗੂ ਸ਼ਰਾਬ ਨਾਲ ਤੇਰੇ ਅੰਦਰ ਹੋਰ ਬਥੇਰੇ ਸਾਰੇ ਨੁਕਸ ਪਾ ਦੇਗੀ ਆ। ਇਸ ਕਰਕੇ ਸੋਚ, ਸ਼ਰਾਬ ਟੇਕਸ ਯੂ ਟੂ ਪਾਸਟ। ਜਦੋਂ ਵੀ ਮਨੁੱਖ ਸ਼ਰਾਬ ਪੀਂਦਾ ਇਹ ਪਾਸਟ 'ਚ ਚਲਾ ਜਾਂਦਾ, ਕਿਉਂਕਿ ਇਹ ਪ੍ਰੈਜ਼ੈਂਟ ਨੂੰ ਫੇਸ ਨਹੀਂ ਕਰਨਾ ਚਾਹੁੰਦਾ। ਸ਼ਰਾਬ ਸ਼ਰਾਬੀ ਦੀ ਸੰਗਤ ਕਰਦੇ ਨੇ, ਤੁਸੀਂ ਸ਼ਰਾਬ ਨਹੀਂ ਪੀਂਦੇ, ਕਦੇ ਵੀ ਸ਼ਰਾਬੀ ਸ਼ਾਮ ਨੂੰ ਨਹੀਂ ਕਹੇਗਾ ਆਓ ਉਹਦੇ ਨਾਲ ਚੱਲ ਕੇ ਬੈਠੀਏ, ਉਹ ਯਾਰ ਉਹਦੇ ਬਾਰੇ ਕੀ, ਭਾਵੇਂ ਮੇਰਾ ਜੀਜਾ ਹੈ, ਭਾਵੇਂ ਮੇਰਾ ਭਰਾ ਹੈ, ਭਾਵੇਂ ਕੋਈ ਹੈ, ਯਾਰ ਉਹ ਤਾਂ ਸੂਫੀ ਆ, ਉਹ ਤਾਂ ਬਿਲਕੁਲ ਨਹੀਂ ਪੀਂਦਾ। ਕੋਈ ਬੰਦਾ ਲੱਭੋ, ਕੋਈ ਐਸੇ ਵਾਲਾ ਲੱਭੋ ਜਿਹੜਾ ਮੈਨੂੰ ਐਲਕੋਹਲ ਪਿਲਾਏ, ਤਾਂ ਇਹਦਾ ਮਤਲਬ ਕੀ ਹੋਇਆ, ਸ਼ਰਾਬੀ ਕੋਰਨਰ ਹੋ ਜਾਂਦਾ ਆਪਣੀ ਜ਼ਿੰਦਗੀ 'ਚ ਹਰ ਸ਼ਾਮ ਨੂੰ, ਕਿਉਂਕਿ ਉਸਨੂੰ ਇੱਕ ਪਰਟੀਕੁਲਰ ਸੈਕਟਰ ਦਾ ਬੰਦਾ ਚਾਹੀਦਾ ਜਿਹੜਾ ਸਿਰਫ ਉਸਨੂੰ ਸ਼ਰਾਬ ਪਿਲਾਏ। ਇਸ ਕਰਕੇ ਉਹ ਸਾਰੀ ਦੁਨੀਆ ਤੋਂ ਕੋਰਨਰ ਹੋ ਜਾਂਦਾ, ਆਪਣੀ ਲਾਈਫ ਲਿਮਿਟ 'ਚ ਕਰ ਲੈਂਦਾ। ਸ਼ਰਾਬ ਸ਼ਰਾਬ ਬਾਰੇ ਇੱਕ ਸਾਇੰਟਿਸਟ ਨਾਲ ਵਿਚਾਰ ਚੱਲ ਰਹੀ ਸੀ ਕਿ ਜੇਕਰ ਡੈੱਡ ਬਾਡੀ ਨੂੰ ਪ੍ਰੀਜ਼ਰਵ ਕਰਨਾ ਹੋਏ ਸ਼ਰਾਬ ਦੇ ਟੱਬ ਵਿੱਚ ਪਾ ਦਿਓ। ਫੋਰ ਐਗਜ਼ਾਮਪਲ, ਸ਼ਰਾਬ ਦੇ ਟੱਬ ਵਿੱਚ ਪਾਓ, ਯੂ ਕੈਨ ਪ੍ਰੀਜ਼ਰਵ ਦਾ ਡੈੱਡ ਬਾਡੀ ਫੋਰ ਲੌਂਗ ਟਾਈਮ। ਅਤੇ ਮੈਂ ਉਸੇ ਵੇਲੇ ਇਸਦਾ ਇਹ ਪੁਆਇੰਟ ਬਣਾ ਲਿਆ ਕਿ ਜੇ ਡੈੱਡ ਬਾਡੀ ਨੂੰ ਪ੍ਰੀਜ਼ਰਵ ਕਰਨਾ ਹੋਵੇ, ਡੈੱਡ ਬਾਡੀ ਨੂੰ ਜੀਂਦਾ ਜੇਕਰ ਰੱਖਣਾ ਹੋਵੇ ਤਾਂ ਸ਼ਰਾਬ ਦੇ ਟੱਬ ਵਿੱਚ ਪਾਈਦਾ, ਪਰ ਜੇ ਜੀਂਦੇ ਮਨੁੱਖ ਨੂੰ ਡੈੱਡ ਬਾਡੀ ਬਣਾਉਣਾ ਹੋਵੇ ਤਾਂ ਸ਼ਰਾਬ ਉਹਦੇ ਅੰਦਰ ਪਾ ਦੇਈਦਾ। ਅਤੇ ਸੋਚੀਏ, ਜਦੋਂ ਅਸੀਂ ਆਪਣੇ ਘਰ ਪਹੁੰਚਦੇ ਹਾਂ, ਮੈਨੂੰ ਤਾਂ ਕਿਸੇ ਨੇ ਪੁੱਛਿਆ ਕਿ ਜੀ ਉਹ ਜੇ ਬੰਦਾ ਸ਼ਰਾਬ ਪੀਂਦਾ ਤਾਂ ਫਿਰ ਬੀਬੀ ਕੀ ਕਰੇ, ਮੈਂ ਕਿਹਾ ਬੀਬੀ ਅੰਮ੍ਰਿਤਪਾਨ ਕਰੇ, ਉਹ ਮਾਈ ਭਾਗੋ ਬਣ ਕੇ ਤਾਂ ਦੇਖੋ ਕਾਹਦਾ ਡਰਨਾ, ਉਹ ਇਹਨਾਂ ਤੁਹਾਨੂੰ ਪੈਰਾਂ ਥੱਲੇ ਧਕੇਲ ਦਿੱਤਾ, ਇਹਨਾਂ ਨੇ ਆਪਣੇ ਨਸ਼ੇ ਦੀ ਮੌਜ 'ਚ ਤੁਹਾਡੇ ਤਨ ਨੂੰ ਯੂਜ਼ ਕਰਕੇ ਤੋੜ ਕੇ ਖਤਮ ਕਰ ਦਿੱਤਾ, ਇਹਨਾਂ ਨੇ ਬੱਚਿਆਂ ਦੇ ਸਾਰੇ ਫਿਊਚਰ ਬਰਬਾਦ ਕਰ ਦਿੱਤੇ ਨੇ, ਹੁਣ ਮਾਤਾਓ ਭੈਣੋ ਬੀਬੀਓ ਮੇਰੀਆਂ ਬੱਚਿਓ ਜਾਗ ਪਵੋ। ਸਰਕਾਰ ਨੂੰ ਕੁਛ ਕਹਿਣ ਦੀ ਲੋੜ ਨਹੀਂ ਹੈ, ਬਾਰਸ ਬੰਦ ਕਰਾਉਣ ਦੀ ਲੋੜ ਨਹੀਂ ਹੈ, ਤੁਸੀਂ ਜਾਗ ਪਓ ਬਸ, ਇਹਨਾਂ ਦਾ ਦਿਮਾਗ ਜਗਾ ਦਿਓ ਬਸ। ਸ਼ਰਾਬੀ ਨਸ਼ੇ 'ਚ ਕਹਿੰਦੇ ਨੇ ਸੱਚ ਬੋਲਦਾ, ਤਾਂ ਮੈਂ ਸੋਚਿਆ ਅੱਛਾ ਇਹਦਾ ਮਤਲਬ ਜਦੋਂ ਨਸ਼ੇ 'ਚ ਨਹੀਂ ਹੁੰਦਾ ਤਾਂ ਝੂਠ ਬੋਲਦਾ, ਪਰ ਗੁਰੂ ਕਾ ਸਿੱਖ ਜਦੋਂ ਉਸਨੂੰ ਸੱਚ ਦਾ ਨਸ਼ਾ ਚੜ ਜਾਏ ਉਹ 24 ਆਵਰਸ ਐਂਡ ਹੋਲ ਲਾਈਫ ਸੱਚ ਬੋਲਦਾ ਹੈ। ਸ਼ਰਾਬੀ ਕਿਸੇ ਦੇ ਭਲੇ ਜੋਗਾ ਰਹਿੰਦਾ ਹੀ ਨਹੀਂ ਹੈ। ਅਮਰੀਕਾ ਵਿੱਚ ਮੈਂ ਦੇਖਦਾ ਲੋਕ ਸ਼ਰਾਬ ਪੀਂਦੇ ਨੇ ਤਾਂ ਅਚਾਨਕ ਕਿਸੇ ਵੇਲੇ ਵੀ ਪੁਲਿਸ ਦੀ ਕਾਰ ਆਉਂਦੀ ਹੈ ਜਾਂ ਚੈੱਕ ਪੋਸਟ ਆਉਂਦੀ ਹੈ ਜਿੱਥੇ ਅਸੀਂ ਟੋਲ ਪਾਉਂਦੇ ਹਾਂ, ਉੱਥੇ ਬੈਲੂਨ ਟੈਸਟ ਕਰਦੇ ਨੇ, ਬੈਲੂਨ ਦਾ ਕਲਰ ਚੇਂਜ ਹੋ ਜਾਂਦਾ, ਪਤਾ ਲੱਗ ਜਾਂਦਾ ਸ਼ਰਾਬ ਪੀਤੀ ਹੋਈ ਹੈ। ਪੁਲਿਸ ਵਾਲਾ ਕਿਸੇ ਹਾਲਤ ਵਿੱਚ ਉਹ ਕਾਰ ਨੂੰ ਚਲਾ ਕੇ ਜਾਣ ਨਹੀਂ ਦਿੰਦਾ, ਕਹਿੰਦਾ ਜਾਂ ਤਾਂ ਤੁਸੀਂ ਉਤਰੋ ਤੁਹਾਡੀ ਵੋਟੀ ਚਲਾਏਗੀ ਅਤੇ ਜਾਂ ਇਹ ਕਾਰ ਇੱਥੇ ਖੜ੍ਹੀ ਰਹੇਗੀ, ਜਦੋਂ ਤੱਕ ਤੁਹਾਡੇ ਐਲਕੋਹਲ ਕੰਟੈਂਟਸ ਦੀ ਪਰਸੈਂਟੇਜ ਖਤਮ ਨਹੀਂ ਹੁੰਦੀ ਮੈਂ ਦੁਬਾਰਾ ਬੈਲੂਨ ਟੈਸਟ ਕਰਾਂਗਾ, ਤਾਂ ਤੱਕ ਤੁਹਾਨੂੰ ਮੈਂ ਡਰਾਈਵ ਅਲਾਓ ਨਹੀਂ ਕਰਾਂਗਾ। ਤੁਹਾਡੇ ਉੱਤੇ ਬੜੇ ਲੋਕਾਂ ਦੀ ਜ਼ਿੰਦਗੀ ਸਟੇਕ 'ਤੇ ਹੈ, ਜਿਤਨੇ ਐਕਸੀਡੈਂਟ ਹੁੰਦੇ ਅਸੀਂ ਕਿਸਮਤ ਨਾਲ ਜੋੜ ਦਿੰਦੇ ਹਾਂ, ਸ਼ਰਾਬੀਆਂ ਦੇ ਕਾਰਨ ਹੁੰਦੇ ਜੇ। ਤਾਂ ਮੈਂ ਦੇਖਦਾ ਜਦੋਂ ਸ਼ਰਾਬ ਪੀ ਲੈਂਦੇ ਨੇ
ਉਹਨਾਂ ਨੂੰ ਦੋ ਦੇ ਚਾਰ ਨਜ਼ਰ ਆਉਣੇ ਸ਼ੁਰੂ ਹੋ ਜਾਂਦੇ ਨੇ ਤਾਂ ਉਹਨਾਂ ਦੀ ਵੋਟੀ ਸਮਝ ਜਾਂਦੀ ਆ। ਉਹਨਾਂ ਦੀ ਵੋਟੀ ਕਹਿੰਦੀ ਲਿਆਓ ਚਾਬੀ ਉਰੇ ਕਰੋ, ਹੁਣ ਤੁਸੀਂ ਆਪਣੇ ਜੋਗੇ ਨਹੀਂ ਰਹੇ। ਉਹਨਾਂ ਦੀ ਵੋਟੀ ਉਹਨਾਂ ਨੂੰ ਮੋਢਾ ਦੇ ਕੇ ਆਪਣੇ ਬੱਚੇ ਨੂੰ ਕਹਿੰਦੀ ਆ, ਆ ਪਾਪਾ ਜੀ ਹੁਣ ਟੁਰਨ ਜੋਗੇ ਨਹੀਂ ਰਹੇ, ਤੇਰਾ ਪਾਪਾ ਨਾ ਟੁਰਨ ਜੋਗਾ ਨਹੀਂ ਰਿਹਾ, ਆ ਇਹਨੂੰ ਬਾ ਕਿਸੇ ਤਰ੍ਹਾਂ। ਉਹਨੂੰ ਬਾਂਦੇ ਨੇ, ਫਿਰ ਉਹ ਕਾਰ ਚਲਾ ਕੇ ਲਿਆਉਂਦੀ ਆ, ਉਹ ਤੂੰ ਆਪਣੇ ਜੋਗਾ ਨਹੀਂ ਰਿਹਾ, ਤੂੰ ਕਿਵੇਂ ਕਹਿੰਦਾ। ਉਹ ਜੇਕਰ ਇਹ ਗੱਲ ਹੈ ਤਾਂ ਤੂੰ ਸ਼ਾਮ ਨੂੰ ਜਦੋਂ ਪੀਨਾ, ਮੈਂ ਕਈਆਂ ਨੂੰ ਤੱਕਦਾ ਜੀ ਰਾਜ ਸਾਹਿਬ ਦਾ ਪਾਠ ਕਰਨਾ, ਆਓ ਪਾਠ ਕਰ ਲਈਏ, ਜਲਦੀ ਪਾਠ ਕਰ ਲਈਏ, ਜਲਦੀ ਪਾਠ ਕਰ ਲਈਏ, ਪਰ ਪਾਠ 6 ਵਜੇ ਸ਼ੁਰੂ ਨਹੀਂ ਹੋਇਆ, 7 ਵੱਜ ਗਏ, 7 ਸ਼ੁਰੂ ਨਹੀਂ ਹੋਇਆ, 8 ਵੱਜ ਗਏ, 8 ਸ਼ੁਰੂ ਨਹੀਂ ਹੋਇਆ, 9 ਵੱਜ ਗਏ, ਪਾਠ ਕਰ ਲਈਏ, ਪਾਠ ਕਰ ਲਈਏ। ਮੈਂ ਕਿਹਾ ਪਾਠ ਪਹਿਲਾਂ ਤੁਹਾਨੂੰ ਕਾਹਨੂੰ ਕਰਨ ਦੀ ਪਈ ਹੋਈ ਆ, ਰੋਟੀ ਖਾ ਕੇ ਕਰ ਲੈਣਾ, ਬਾਅਦ ਵਿੱਚ ਪਤਾ ਲੱਗਾ, ਨਹੀਂ ਪਾਠ ਕਰਕੇ ਉਹਨੇ ਨਾ ਪੀਣੀ ਜੋ ਹੈ, ਆਪਣੇ ਜੋਗਾ ਨਹੀਂ ਰਿਹਾ। ਉਹ ਤੇਰਾ ਪੁੱਤਰ ਜਦੋਂ ਤੇਰੇ ਹੱਥ ਨਾਲ ਗਲਾਸ ਲੈ ਕੇ ਪੀਏਗਾ ਉਸ ਵੇਲੇ ਮੰਨਾਂਗੇ ਇਟ ਇਜ਼ ਜਸਟੀਫਾਈਡ। ਸ਼ਰਾਬੀ ਅੰਦਰੋਂ ਕਮਜ਼ੋਰ, 5 ਵਿਕਾਰ ਇਸ 'ਤੇ ਹਮਲਾ ਕਰ ਦਿੰਦੇ ਨੇ, ਪਰ ਜਿਹੜਾ ਸੱਚ ਦੀ ਰੀਅਲ ਸ਼ਰਾਬ ਪੀ ਲੈਂਦਾ ਉਹ ਅੰਦਰੋਂ ਅਤੇ ਬਾਹਰੋਂ ਤਾਕਤਵਰ ਹੋ ਜਾਂਦਾ, ਇਸ ਨੂੰ ਕਿਸੇ ਪਾਸੋਂ ਕੋਈ ਵਿਕਾਰ ਹਮਲਾ ਨਹੀਂ ਕਰ ਸਕਦੇ ਨੇ। ਅਸੀਂ ਕਿਉਂ ਨਹੀਂ ਸੋਚਦੇ, ਅਸੀਂ ਕਿਉਂ ਜਸਟੀਫਾਈ ਕਰਦੇ ਹਾਂ ਕਿ ਜੇ ਮੈਂ ਰਾਤੀ ਪੀ ਕੇ ਸੌਂ ਗਿਆ, ਉਹ ਤੂੰ ਕਿਉਂ ਸੌਂ ਗਿਆ, ਜੇ ਤੇਰੇ ਪੜੋਸ 'ਤੇ ਕੋਈ ਆਵਾਜ਼ ਮਾਰੇ ਤਾਂ ਤੂੰ ਆਪਣੇ ਜੋਗਾ ਨਹੀਂ ਹੋਏਗਾ, ਤੇਰੀ ਵੋਟੀ ਆਵਾਜ਼ ਮਾਰੇ ਤਾਂ ਤੇਰੀ ਮਾਂ ਆਵਾਜ਼ ਮਾਰੇ ਤਾਂ ਤੂੰ ਆਪਣੇ ਜੋਗਾ ਨਹੀਂ ਹੋਏਗਾ। ਉਹ ਮੈਂ ਤਾਂ ਇੱਥੇ ਸੁਣਿਆ ਕਿ ਜੀ ਉਹ ਕਹਿੰਦੇ ਨੇ ਜੀ ਕਿ ਕੂਲਰ ਦੀ ਆਵਾਜ਼ 'ਚ ਹੀ ਪੜੋਸੀ ਦੀ ਧੀ ਨੂੰ ਉਹਨਾਂ ਨੇ ਮਾਰ ਦਿੱਤਾ, ਜੀ ਕੂਲਰ ਦੀ ਆਵਾਜ਼ ਆ ਰਹੀ ਸਾਨੂੰ ਪਤਾ ਨਹੀਂ ਲੱਗਿਆ, ਦਾਜ ਦੇ ਚੱਕਰ 'ਚ ਤੂੰ ਸ਼ਰਾਬ ਪੀਤੀ ਹੋਈ ਹੈ, ਤੈਨੂੰ ਨਹੀਂ ਪਤਾ ਕਿ ਨਾਲ ਦੇ ਕਮਰੇ 'ਚ ਕੀ ਵਾਪਰ ਜਾਂਦੀ ਹੈ, ਤੈਨੂੰ ਆਪਣਾ ਨਹੀਂ ਪਤਾ ਹੁੰਦਾ। ਸ਼ਰਾਬੀ ਜਿਹੜਾ ਸੱਚ ਦੀ ਸ਼ਰਾਬ ਪੀ ਲੈਂਦਾ ਨਾ, ਉਹ 24 ਆਵਰਸ ਤਪਦਾ ਪਰਉਪਕਾਰ ਨੂੰ ਹੋ ਜਾਂਦਾ, ਉਹ ਹਰ ਵੇਲੇ ਲੋਕਾਂ ਦਾ ਭਲਾ ਕਰਨਾ ਚਾਹੁੰਦਾ। ਜੇ ਤੁਸੀਂ ਕਹਿੰਦੇ ਹੋ ਕਿ ਇੱਕ ਪੈਗ, ਅਤੇ ਜਦੋਂ ਵੀ ਅਸੀਂ ਡਾਕਟਰ ਕੋਲ ਜਾਂਦੇ ਹਾਂ, ਜਦੋਂ ਵੀ ਅਸੀਂ ਹੋਸਪਿਟਲ ਜਾਂਦੇ ਹਾਂ, ਕੋਈ ਵੀ ਫਾਰਮ ਭਰਵਾਉਂਦੇ ਨੇ ਉਹਦੇ ਉੱਤੇ ਲਿਖਿਆ ਹੁੰਦਾ ਐਲਕੋਹੋਲਿਕ ਔਰ ਨੋਟ, ਸਮੋਕਿੰਗ ਔਰ ਨੋਟ। ਸਮੋਕਿੰਗ ਦੇ ਇਕੁਅਲੀ ਹੀ ਐਲਕੋਹੋਲ ਖਤਰਨਾਕ ਹੈ ਬਾਡੀ ਵਾਸਤੇ, ਡਾਕਟਰ ਨੂੰ ਪਹਿਲਾਂ ਹੀ ਧਿਆਨ ਕਰਨਾ ਪੈਂਦਾ, ਉਹ ਮਾਈ ਗੋਡ ਇਹ ਬੰਦਾ ਨਾ ਆਪਣੀ ਬਾਡੀ ਦੇ ਅੰਦਰ ਬੜੀ ਵਾਰੀ ਗਲਾਸ ਖੜਕਾ ਕੇ ਬਹੁਤ ਸਾਰਾ ਮਲ ਮੂਤਰ ਪਾ ਚੁੱਕਾ, ਇਹਦੇ ਵਾਸਤੇ ਨਾ ਹੋਰ ਤਰੀਕੇ ਦੇ ਨਾਲ ਇਲਾਜ ਕਰਨਾ ਪਏਗਾ। ਸ਼ਰਾਬੀ ਵਿਆਹ ਸ਼ਾਦੀ ਜਾਂ ਕਿਸੇ ਵੇਲੇ ਵੀ ਲੋਕਾਂ ਨੂੰ ਖੁਸ਼ ਕਰਨ ਵਾਸਤੇ ਸ਼ਰਾਬ ਦੀਆਂ ਨਦੀਆਂ ਵਹਾ ਦਿੰਦਾ ਹੈ, ਲੋਕਾਂ ਨੂੰ ਖੁਸ਼ ਕਰਨ ਵਾਸਤੇ। ਪਰ ਜਿਹੜਾ ਸੱਚ ਦੀ ਸ਼ਰਾਬ ਪੀ ਲੈਂਦਾ ਉਹ ਲੋਕਾਂ ਦੇ ਭਲੇ ਵਾਸਤੇ ਆਪਣੇ ਖੂਨ ਦੀਆਂ ਨਦੀਆਂ ਵਹਾ ਦਿੰਦਾ। ਸ਼ਰਾਬੀ ਨਸ਼ੇ ਵਿੱਚ ਦੂਜਿਆਂ ਦਾ ਦੁੱਖ ਪਹਿਚਾਣ ਨਹੀਂ ਸਕਦਾ ਹੈ, ਪਰ ਜਿਹੜਾ ਸੱਚ ਦੀ ਸ਼ਰਾਬ ਪੀ ਲੈਂਦਾ, ਜਿਹੜੀ ਗੁਰੂ ਨਾਨਕ ਸਾਹਿਬ ਸਾਨੂੰ ਦੱਸ ਰਹੇ ਨੇ, ਔਰ ਉਸ ਸੱਚ ਦੇ ਨਸ਼ੇ ਵਿੱਚ 24 ਆਵਰਸ ਹਮੇਸ਼ਾ ਦੂਜਿਆਂ ਦੇ ਭਲੇ ਦੀ ਸੋਚਦਾ, ਦੂਜਿਆਂ ਦੇ ਦੁੱਖਾਂ ਨੂੰ ਸਮਝਦਾ। ਇੱਥੇ ਮੈਂ ਤੁਹਾਡੇ ਕੋਲੋਂ ਇਹ ਖਿਮਾ ਦਾ ਜਾਚਕ ਹਾਂ ਕਿ ਮੈਂ ਆਪਣੇ ਲੈਕਚਰ ਨੂੰ ਤਾਂ ਕੰਕਲੂਡ ਕਰਦਾ, ਲੇਕਿਨ ਕੁਸ਼ਚਨ ਆਂਸਰ ਦੀ ਬੇਨਤੀ ਕਰਦਾ, ਤੁਸੀਂ ਕੁਸ਼ਚਨ ਆਂਸਰ ਕਰ ਸਕਦੇ ਹੋ, ਪਲੀਜ਼ ਆਪਣੀ ਇਕਾਗਰਤਾ ਇੰਝ ਹੀ ਰੱਖਣਾ। ਹਾਂਜੀ ਵੀਰ ਜੀ, ਮੈਨੂੰ ਮੇਰੀਆਂ ਲਿਮਿਟਸ ਪਤਾ ਹੈ, ਅਗਰ ਡਾਕਟਰਸ ਐਡਵਾਈਸ ਕਰਨ ਤਾਂ ਕੀ ਮੈਂ ਸ਼ਰਾਬ ਥੋੜ੍ਹੀ ਪੀ ਸਕਦਾ? ਮੈਂ ਪਹਿਲਾਂ ਇਸ ਬਾਰੇ ਥੋੜ੍ਹੀ ਜਿਹੀ ਵਿਚਾਰ ਕਰ ਚੁੱਕਾ, ਡਾਕਟਰ ਐਡਵਾਈਸ ਕਰਨ ਤਾਂ ਉਸ ਨੂੰ ਅਸੀਂ ਸਮਾਜ ਵਿੱਚ ਜਨਰਲਾਈਜ਼ ਕਰਕੇ ਪ੍ਰਵਾਨ ਨਹੀਂ ਕਰਾ ਸਕਦੇ ਹਾਂ। ਡਾਕਟਰ ਐਡਵਾਈਸ ਕਰਨ ਤਾਂ ਤੁਸੀਂ ਆਪਣੇ ਬਾਰੇ ਆਪਣੇ ਘਰ ਸੋਚੋ, ਪਰ ਅਸੀਂ ਜਨਰਲ ਡਿਸਕਸ ਕਰ ਰਹੇ ਹਾਂ ਕਿ ਸਾਨੂੰ ਸ਼ਰਾਬ ਨਹੀਂ ਪੀਣੀ ਚਾਹੀਦੀ। ਪਰ ਡਾਕਟਰ ਐਡਵਾਈਸ ਤਾਂ ਕਰਦੇ ਨੇ ਕਿਉਂਕਿ ਡਾਕਟਰ ਪੀਣਾ ਚਾਹੁੰਦੇ ਨੇ। ਜੇਕਰ ਇਹ ਮੰਨ ਲਈਏ ਕਿ ਸ਼ਰਾਬ ਪੀਣੇ ਸੇ ਹਾਰਟ ਟ੍ਰਬਲ ਕੋ ਫਾਇਦਾ ਹੈ, ਜੇਕਰ ਇਹ ਮੰਨ ਲਈਏ ਕਿ ਸ਼ਰਾਬ ਪੀਣੇ ਸੇ ਉਮਰ ਲੰਬੀ ਹੋਤੀ ਹੈ, ਤਾਂ ਉਹ ਲਾਅ ਨੂੰ ਕਿਵੇਂ ਤੋੜਾਂਗੇ ਜੋ ਉਪਜੋ ਸੋ ਬਿਨਸ ਹੈ? ਜੇਕਰ ਇਹ ਮੰਨ ਲਈਏ ਕਿ ਡਾਕਟਰ ਸੱਚ ਕਹਿ ਰਿਹਾ, ਤਾਂ ਡਾਕਟਰ ਨੂੰ ਪੁੱਛੀਏ ਕਿ ਤੁਸੀਂ ਪੀਂਦੇ ਹੋ, ਤਾਂ ਯੂ ਆਰ ਸ਼ੋਰ ਦੈਟ ਯੂ ਵਿਲ ਲਿਵ ਐਟਲੀਸਟ 200 ਔਰ 300 ਈਅਰਸ? ਜੇਕਰ ਇਹ ਮੰਨ ਲਈਏ ਲੌਜਿਕ ਸੱਚ ਹੈ, ਤਾਂ ਮੈਂ ਪੂਰੀ ਦੁਨੀਆ ਭਰ ਦੇ ਡਾਕਟਰਾਂ ਦੇ ਨਾਲ ਚੈਲੰਜ ਕਰਕੇ ਗੱਲ ਕਰਦਾ, ਭਾਵੇਂ ਮੈਂ ਮੈਡੀਕਲ ਸਟੂਡੈਂਟ ਜਾਂ ਮੈਡੀਕਲ ਡਾਕਟਰ ਨਹੀਂ ਹਾਂ,
पर मैं ये कहना चाहता कि जर्मनी, इंग्लैंड, कैनेडा, स्वीडन, रशिया, अमेरिका, उत्थे दे लोकां दी उम्र तो फिर सारी दुनिया नालों ज़्यादा होनी चाहिए सी, क्योंकि डॉक्टर कहिंदा है, पर उन्हां दी एवरेज आई हो 70-80। और जे 70-80 दे बदले 90 तुहाडी हो भी गई डॉक्टर दे आखे पैग पीण दे कारण, तां कि बहुता तुसी एवरेस्ट ते तीन सिंह लहरी बन के झंडा ला लोगे। इफ यू कैनॉट डू एनीथिंग फॉरगेट इट, टेल हिम आई एम रेडी टू डाई बट आई डोंट वॉन्ट टू डू दिस, तो अपनी लिमिट नू ना अपनी लिमिट नू डॉक्टर जी नू ही दिओ। पर जे तुसी बार बार डॉक्टर जी नू जाके पुछोगे तो मैं डॉक्टर जी उत्ते एक जोक याद आ गया। एक डॉक्टर नू एक बंदा जाके कहिंदा डॉक्टर साहब मेरा पेट खराब है कि मैं की करा। डॉक्टर ने कहा तुसी की खाद है, उन्हें ऊट पटांग चीज़ा देगा, आलू बुखारे, मैं भठूरे, छोले, समोसे, कचौड़ी, ये वो गोलगप्पे थोड़े जे खाधे सन, ये खाधा सी, वो खाधा सी। अच्छा खाधा तो तुसा, बहुत ही अच्छा अच्छा भोजन है, पर हुण तुसी पता की करो, फिक्की सब्जी ते फिक्के दही दे नाल ना थोड़े जे चावल खाना, बाकी और कुछ ना खाना। ये चला गया बूए तो वापस है, डॉक्टर साहब मैं दही च लूण पा सकना? हाँ हाँ पा सक। अच्छा डॉक्टर साहब मैं जे कद दिल करे ठंडा दूध पी सकना? हाँ पी सकते हो। फिर गया फिर वापस है, डॉक्टर साहब जे कभी मेरा दिल करे केला खा सकना? खा सकते हो। फिर वापस गया, फिर डॉक्टर साहब मैं सेब खा सकना? हाँ खा सकते हो। डॉक्टर साहब जे मैं अच्छा फुलके तू ऊपर चोपड़ा लाता है मैं लूण अजवैन पा खा सकता? हाँ खा सकते हो। छेवीं सत्तवीं अठवीं वारी बार जो वापस आया ना उतो बूए तो डॉक्टर नूं वेखण सार कहिंदा मेरा सिर छड्ड के सब कुछ खा सकना तू। तुसीं ओ ज्यादा पींदे ते लाइफ थोड़ी मिजरेबल ही रही है मेरी, ते अजकल ओ मिजरेबल लाइफ वेख वेख के मेरी बेटी हुण कहिंदी है कि जे आफ्टर मैरिज, ओ मैरिज नहीं करवाना मंगदी, कहिंदी आफ्टर मैरिज जे इहो लाइफ रहनी है ते मैं मैरिज नहीं करवानी। मेरे वास्ते की प्रॉब्लम, मेरी सोल्यूशन दसो की करां मैं उस वास्ते? बड़ा अजीब जिहा क्वेश्चन है, पर जेकर मैं तुहाडी बेटी होवां ते मैं वी इहो आखां, तो मैं तुहानू कहां कि तुसी ते अपनी सारी उम्र इंज बिता ली, पर मैं ते अगे इंज नहीं बिताना चाहती। अज दुनिया दे विच कितने तलाक सिर्फ इस करके होंदे ने कि हसबेंड स्नोरिंग करता है, अज दुनिया विच कितने तलाक सिर्फ इस करके हो रहे ने कि मेरा हसबेंड या स्पाउस ओदे मुँह चो स्मेल आती है, पर मार्केट अंदर जिथे देखो जिहड़ा मुंडा देखो वह शराब पींदा है, वो माँ प्यो शराब पींदे ने, वह शराबा वरतांदे ने, शराब नू जस्टिफाई करदे ने, मैनू जे ढंग दा चंगे करैक्टर वाला नहीं मिलता तो माँ जी मैं ना पापा जी दी छुड़ा के ते तुहाडा जीवन सुखी करके तुहाडे चरण कुटिया करांगी, ते मैं उस शराबीए दे चरण हुण नहीं कुटन जाना चाहती, इस करके आई डोंट। वीर जी मैं थोड़े विचारों तू बहुत इंप्रेस होया, तो तुहानू एक सवाल पूछना चाहता। मेरा एक दोस्त है जो इस वेले इत्थे मौजूद नहीं है, पर शायद असी मीडिया के थ्रू एक गल पहुँचा सकीए। उसके दादा जी शराब पींदे हैं, पाठ पूजा भी बड़ी करते हैं, तो सोशली भी वो इस मामले बहुत चंगे हैं, आंढ़ी गवांढ़ी उन्होंने तो बहुत खुश रहते हैं, उन्होंने व्यवहार तो बड़े खुश रहते हैं, लोग उन्होंने पसंद करते हैं। उसके पिता जी भी शराब पींदे हैं, तो सादा जीवन भी व्यतीत करते हैं, पर यह मुंडा जिहड़ा कि गुरमत नूं समझदा है, पर जदों अपने पिता जी नूं शराब दे अगेंस्ट बोलदा है तो वह कहिंदा है चुप कर, पहले साडे वर्गा बन के दिखा तां गल करी। हुण इस हालात विच मुंडा की कर सकदा है? मुंडा उन्हां वर्गा ना बने, उन्हां वर्गा बनिया तो मुंडा भी इस तरह धर्मी करमी भी बन जाएगा तो शराब भी पीनी शुरू कर देगा। सब तो पहला तो मुंडा एक स्टैप चुके कि मैं पापे तू मेरा रोल मॉडल नहीं है, दादा जी तुसी मेरा रोल मॉडल नहीं हो, आई एम सॉरी पर मैं तुहाडे वर्गा नहीं जे बनना। पर इसनू इन जनरल असी वेखिए, असी क्योंकि सारिया ने एक्सैप्ट कर लिया है, असी सारे ऐसे मनुख नू बड़ी प्रौढ़ता देंदे रहने हाँ जिहड़ा कोई भी कर्म कांड कर करके साडे अगे पिछे फिरदा सानू नज़र आता है। कर्मा कांडा नू जदों असी प्रौढ़ता दित्ती है रिचुअल्स नू, तां इह बीमारी दी जड़ निकली है, क्योंकि जिहड़ा कर्म कांड कर रहा असी उसनू बड़ा ही आइडियल और बड़ा ही गुरसिख बंदा मान रहे हाँ, पर वो अपने घर की पी के तां किवें करदा है एक्शंस, वो सच का जीवन नहीं जी रहा। तो जिहड़ा मनुख सच का जीवन जीन लग पैंदा वो कर्म कांड नहीं करता। ज्ञान है कारण, कर्म अभ्यास, ज्ञान प्याता, कर्म है नास।
ਇਹਦਾ ਮਤਲਬ ਜਿਹੜੇ ਲੋਕ ਸਾਨੂੰ ਆਸ ਪਾਸ ਜੀ ਇਹ ਵਾਕ ਬੜਾ ਸੋਹਣਾ ਲੈਂਦੇ ਨੇ, ਇਹ ਸ਼ਬਦ ਬੜਾ ਸੋਹਣਾ ਗਾਉਂਦੇ ਨੇ, ਇਹ ਨੰਗੇ ਪੈਰੀ ਸਵੇਰੇ ਗੁਰਦੁਆਰੇ ਜਾਂਦੇ ਨੇ, ਇਹ ਦੇਖੋ ਜੀ ਉੱਥੇ ਬੜੀ ਸੇਵਾ ਕਰਦੇ ਨੇ, ਇਹ ਉੱਥੇ ਲੰਗਰ ਪਕਾਉਂਦੇ ਨੇ, ਇਸ ਇੰਜ ਕਰਦੇ ਨੇ, ਇਹ ਗੁਰਦੁਆਰੇ ਬੜੀ ਮਾਇਆ ਦਿੰਦੇ ਨੇ, ਇਹ ਸਾਰਾ ਜਿਹੜਾ ਬਾਹਰਾ ਬਾਹਰਲਾ ਦਿਖਾਵਾ ਹੈ ਨਾ, ਇਹ ਨਾ ਜੀਓ ਮੈਲੇ ਬਾਹਰੋਂ ਨਿਰਵਲ ਮਲ ਹੈ, ਇਹ ਗੱਲੀਆਂ ਸੀ ਚੰਗੀਆਂ ਆਚਾਰੀ ਬੁਰੀਆਂ ਵਾਲਾ ਹੈ, ਇਹ ਜਿਨ ਮਨ ਹੋਰ ਮੁੱਖ ਹੋਰ ਵਾਲਾ ਹੈ, ਇਹਦਾ ਮਤਲਬ ਉਹ ਚੀਜ਼ਾਂ ਜਿਹੜੀਆਂ ਕੀਤੀਆਂ ਜਾਂਦੀਆਂ ਉਹ ਮਾੜੀਆਂ ਨਹੀਂ, ਲੰਗਰ ਪਕਾਉਣਾ ਪਾਠ ਕਰਨਾ ਸਭ ਕੁਛ ਮੈਂ ਉਹਨਾਂ ਚੀਜ਼ਾਂ ਨੂੰ ਗਲਤ ਨਹੀਂ ਕਹਿ ਰਿਹਾ, ਉਹ ਜੋ ਕੁਛ ਪ੍ਰੈਕਟਿਸ ਕੀਤੀ ਜਾਂਦੀ ਉਹਨੂੰ ਗਲਤ ਨਹੀਂ ਕਹਿ ਰਿਹਾ, ਤੁਹਾਡੇ ਨਾਲ ਇਹ ਸਾਂਝ ਕਰ ਰਿਹਾ ਕਿ ਉਹਨੂੰ ਕਰਨ ਵਾਲਾ ਰੱਬਤਾ ਨਹੀਂ ਹੋ ਗਿਆ, ਉਹਨੂੰ ਕਰਨ ਵਾਲਾ ਆਈਡੀਅਲ ਮਨੁੱਖ ਨਹੀਂ ਹੋ ਗਿਆ, ਆਈਡੀਅਲ ਮਨੁੱਖ ਤਾਂ ਆਪਣੀ ਕਰਨੀਆਂ ਕਰਕੇ ਹੁੰਦਾ ਹੈ, ਕਰਮ ਕਾਂਡ ਕਰਕੇ ਨਹੀਂ ਹੁੰਦਾ ਹੈ। ਇਸ ਕਰਕੇ ਦਾਦਾ ਜੀ ਸਮਾਜ ਵਿੱਚ ਹਿਪੋਕ੍ਰੇਟ ਨੇ ਅਤੇ ਸਾਬਤ ਹੋਏ ਹੋਏ ਨੇ ਬੜੇ ਹੀ ਪਾਇਸ, ਇਹ ਧਰਮ ਕੇ ਠੇਕੇਦਾਰ ਨਾ ਇਹ ਸਮਾਜ ਮੇ ਐਸੇ ਪ੍ਰਵਾਨ ਹੋ ਜਾਤੇ ਹਾਂ ਤੋ ਯੇ ਨੁਕਸਾਨ ਪਹੁੰਚਾਤੇ ਹਾਂ। ਇਸ ਕਰਕੇ ਉਸ ਮੁੰਡੇ ਨੂੰ ਆਪਣੇ ਦਾਦਾ ਜੀ ਆਪਣੇ ਪਿਤਾ ਜੀ ਵਰਗੇ ਰੋਲ ਮਾਡਲ ਤੋਂ ਐਡਵਾਈਸ ਲੈਣੀ ਚਾਹੀਦੀ ਹੈ। ਮੇਰੇ ਰਜੌਰੀ ਗਾਰਡਨ ਵਿੱਚ ਇੱਕ ਫੈਮਿਲੀ ਫਰੈਂਡ ਹੈ, ਉਹ ਤਿੰਨੋਂ ਨੌਜਵਾਨ ਭਰਾ ਬਿਲਕੁਲ ਨਹੀਂ ਪੀਂਦੇ ਨੇ। ਮੈਂ ਪੁੱਛਿਆ ਕਿਉਂ, ਕਹਿੰਦੇ ਨੇ ਜਦੋਂ ਅਸੀਂ ਉਹਨੇ ਤਿੰਨੋਂ ਪੜ੍ਹ ਰਹੇ ਸੀ ਸਾਡਾ ਪਿਤਾ ਬਹੁਤ ਰੋਜ਼ ਰੋਜ਼ ਪੀਂਦਾ ਸੀ, ਉਹ ਪੀਂਦਾ ਪੀਂਦਾ ਮਰ ਗਿਆ, ਸਾਡੇ ਘਰ ਦਾ ਰੈਂਟ ਵੀ ਪੇ ਨਹੀਂ ਸੀ ਹੋ ਸਕਦਾ, ਭੈਣ ਵੀ ਵਿਆਹਣ ਜੋਗੀ ਸੀ, ਦੂਜੇ ਟਾਈਮ ਦੀ ਰੋਟੀ ਦੇ ਲਾਲੇ ਪੈ ਗਏ। ਸਾਨੂੰ ਸਮਝ ਆ ਗਈ ਅਸੀਂ ਤਿੰਨੋਂ ਭੁੱਖੇ ਮਰ ਜਾਵਾਂਗੇ ਪਰ ਸ਼ਰਾਬ ਨਹੀਂ ਪੀਵਾਂਗੇ। ਵੀ ਜੀ, ਜਿਵੇਂ ਐਜ਼ ਆਈ ਐਮ ਅ ਮੈਰਿਜੇਬਲ ਏਜ, ਠੀਕ ਹੈ, ਅਤੇ ਮੈਨੂੰ ਜਦ ਵੀ ਮੈਂ ਆਪਣੇ ਫਰੈਂਡਸ ਨਾਲ ਡਿਸਕਸ ਕਰਦਾ ਅਬਾਊਟ ਮੈਰਿਜ, ਐਨੀਥਿੰਗ ਰਿਲੇਟਡ ਟੂ ਮੈਰਿਜ, ਅਤੇ ਮੈਨੂੰ ਉਹ ਸੁਜੈਸਟ ਕਰਦਾ ਨਹੀਂ ਯਾਰ ਹੁਣ ਤੂੰ ਇਹ ਕੰਮ ਸ਼ੰਮ ਛੱਡ ਫਾਲਤੂ ਦੇ ਅਤੇ ਸ਼ਰਾਬ ਪੀਣੀ ਸ਼ੁਰੂ ਕਰ, ਅਤੇ ਜਦ ਮੈਂ ਪੁੱਛਦਾ ਕਿਉਂ ਤਾਂ ਕਹਿੰਦੇ ਯਾਰ ਵੈਨ ਐਵਰ ਯੂ ਵਿਲ ਹੈਵ ਸੈਕਸ ਵਿਦ ਯੂਰ ਵਾਈਫ ਔਰ ਪਾਰਟਨਰ ਨਾ ਯੂ ਵਿਲ ਹੈਵ ਅ ਮੋਰ ਸੈਟਿਸਫਾਈਂਗ ਰਿਲੇਸ਼ਨਸ਼ਿਪ ਵਿਦ ਯੂਰ ਵਾਈਫ, ਸੋ ਇਜ਼ ਇਟ ਕਰੈਕਟ ਕਿ ਸ਼ਰਾਬ ਸਾਨੂੰ ਕੁਛ ਰਿਲੇਸ਼ਨਸ਼ਿਪ ਵਿੱਚ ਸੈਟਿਸਫੈਕਸ਼ਨ ਦਿੰਦੀ ਹੈ ਕਿ ਨਹੀਂ? ਬੜਾ ਸਖਤ ਝੂਠ ਦਾ ਪਸਾਰਾ ਚੱਲ ਰਿਹਾ, ਲੋਕ ਆਪ ਸੱਚ ਲੈਂਦੇ ਨਹੀਂ ਹਨ ਪਰ ਦੂਜੇ ਨੂੰ ਵੀ ਝੂਠ ਵਿੱਚ ਧਕੇਲਣਾ ਚਾਹੁੰਦੇ ਨੇ, ਬਈ ਤੂੰ ਸਾਡੇ ਜਿਹਾ ਹੋ ਜਾ, ਜਿਸ ਤਰ੍ਹਾਂ ਅਸੀਂ ਉਹ ਸੁਣਿਆ ਸੀ ਨਾ ਵਿਅੰਗ ਕਿ ਬਈ ਉਹ ਅਮੈਰੀਕਾ ਨੇ ਕਿਹਾ ਬਈ ਦੁਨੀਆ ਭਰ ਦੇ ਸਾਰੇ ਲੋਕ ਆਪਣੇ ਆਪਣੇ ਦੇਸ਼ ਦੇ ਡੱਡੂ ਲੈ ਕੇ ਆਓ, ਅਤੇ ਉਹਨਾਂ ਨੇ ਕਿਹਾ ਕਿਸ ਤਰ੍ਹਾਂ ਲਿਆਈ, ਇਹਨਾਂ ਸਪੈਸੀਫਿਕੇਸ਼ਨ ਭੇਜੀ, ਕੱਚ ਦਾ ਜਾਰ ਹੋਵੇ ਉੱਤੇ ਨਾਂ ਲਿਖਿਆ ਹੋਵੇ ਕੰਟਰੀ ਕਿਹੜੀ ਹੈ ਕਿਹੜੀ ਬਰੀਡ ਦੇ ਨੇ, ਪਾਣੀ ਭਰਿਆ ਹੋਵੇ ਉੱਤੇ ਢੱਕਣ ਲੱਗਾ ਹੋਵੇ, ਇਸ ਕਿਸਮ ਦੀ ਸਪੈਸੀਫਿਕੇਸ਼ਨ, 15-20 ਡੱਡੂ ਅੰਦਰ ਹੋਣ, ਉਹ ਸਾਰੇ ਪਹੁੰਚ ਗਏ UNO 'ਚ, ਇਹ ਅਮੈਰੀਕਾ ਕਾ ਡੱਡੂ, ਇਹ ਜਪਾਨ ਕਾ ਡੱਡੂ, ਇਹ ਕੈਨੇਡਾ ਕਾ ਡੱਡੂ, ਇਹ ਲੰਡਨ ਕਾ ਡੱਡੂ, ਇਸ ਤਰ੍ਹਾਂ ਕਰਦੇ 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 ਨਾ ਉਹ ਸਾਰੇ ਦੇਖ ਰਹੇ ਸਨ, ਤਾਂ ਉਹਨਾਂ ਨੇ ਦੇਖਿਆ ਇੱਕ ਜਾਰ ਆਇਆ, ਉਹਦੇ 'ਤੇ ਲਿਖਿਆ ਸੀ ਇਹ ਇੰਡੀਆ ਕੇ ਡੱਡੂ, ਪਰ ਇਹ ਕਿਆ ਕਿਆ ਇਹਨੋਨੇ ਡੱਡੂ ਉੱਪਰ ਢੱਕਣ ਕਿਉਂ ਨਹੀਂ ਲਗਾਇਆ, ਇਸਕੇ ਉੱਪਰ ਹਮਨੇ ਸਪੈਸੀਫਿਕੇਸ਼ਨ ਬੋਲਾ ਢੱਕਣ ਲਗਾਓ, ਤਾਂ ਉਹ ਇੰਡੀਅਨ ਕਾਉਂਸਲੇਟਸ ਨੂੰ ਬੁਲਾਇਆ, ਉਹ ਕਹਿੰਦੇ ਨੇ ਅਸੀਂ ਬਹੁਤ ਸਿਆਣੇ ਹਾਂ, ਸਾਡੇ ਡੱਡੂ ਵੀ ਬੜੇ ਸਿਆਣੇ ਨੇ, ਪਤਾ ਕਿਉਂ? ਕਹਿੰਦਾ ਤੁਸੀਂ ਢੱਕਣ ਕਾਹਨੂੰ ਕਿਆ ਲਗਾਓ, ਤੁਸੀਂ ਇਸ ਕਰਕੇ ਕਿਹਾ ਨਾ ਕਿ ਡੱਡੂ ਜਹਾਜ਼ ਤੋਂ ਬਾਹਰ ਨਾ ਨਿਕਲਣ, ਸਾਡੇ ਡੱਡੂ ਬੜੇ ਸਿਆਣੇ ਨੇ, ਸਾਡਾ ਜਿਹੜਾ ਡੱਡੂ ਬਾਹਰ ਨਿਕਲਦਾ ਬਾਕੀ ਦੇ ਡੱਡੂ ਦੀ ਟੰਗ ਫੜ ਕੇ ਖਿੱਚ ਲੈਣਗੇ, ਢੱਕਣ ਦੀ ਲੋੜ ਹੀ ਨਹੀਂ। ਇਸ ਕਰਕੇ ਸਾਡੇ ਆਸ ਪਾਸ ਜਿਹੜਾ ਮਨੁੱਖ ਐਸਾ ਵਿਚਾਰਾ ਨਹੀਂ ਪੀਂਦਾ ਉਹਨੂੰ ਵੀ ਅਸੀਂ ਸਾਰੇ ਕਹਿੰਦੇ ਹਾਂ ਓਏ ਤੂੰ ਬੈਕਵਰਡ ਹੋ ਗਿਆ, ਓਏ ਗਿਆਨੀ ਬਣ ਗਿਆ, ਓਏ ਕੀ ਤੈਨੂੰ ਸਮਝ ਨਹੀਂ ਆਉਂਦੀ, ਓਏ ਸਭ ਪ੍ਰਵਾਨ ਹੈ, ਤੂੰ ਇੰਝ ਕਰ ਵੋਟੀ ਖੁਸ਼ ਹੁੰਦੀ ਹੈ, ਯੇ ਅਤੇ ਵੋ। ਅਸੀਂ ਨਾ ਉਹ ਵਾਲੇ ਭਾਰਤੀ ਡੱਡੂ ਨਾ ਬਣੀਏ, ਉਹ ਭਾਰਤ ਕੋਲ ਸੱਚ ਦੇ ਧਰਮ ਦੀ ਬੜੀ ਸਾਰੀ ਫਿਲੋਸਫੀ ਹੈ, ਦੁਨੀਆ ਨੂੰ ਉਹ ਦੱਸੀਏ, ਉਹ ਭਾਰਤ ਕੋਲ ਬੜਾ ਕੁਛ ਹੈ ਜਿਸ ਕਾਰਨ ਭਾਰਤ ਸੋਨੇ ਕੀ ਚਿੜੀਆ ਖਵਾਉਂਦਾ ਸੀ, ਇਹ ਭਾਰਤ ਉਹ ਹੈ ਜਿਹਦੇ ਵਿੱਚ ਗੁਰੂਆਂ ਵਰਗੇ ਐਸੇ ਐਸੇ ਸੱਚ ਵਿਚਾਰਾਂ ਦੇ ਗਏ ਸਾਨੂੰ, ਇਹ ਭਾਰਤ ਦੀ ਵਿਚਾਰ ਪੂਰੀ ਦੁਨੀਆ ਨੂੰ ਦਿੱਤੀ ਜਾ ਸਕਦੀ ਹੈ, ਪਲੀਜ਼ ਉਹ ਵਾਲਾ ਡੱਡੂ ਨਾ ਬਣੀਏ ਜੋ ਇੱਕ ਦੂਜੇ ਨੂੰ ਖਿੱਚੀਏ, ਕਿਉਂਕਿ ਜਿਹੜੇ ਸਮਝਦੇ ਨੇ ਉਹਨਾਂ ਨੂੰ ਪੁੱਛੀਏ ਤਾਂ ਉਹਨਾਂ ਦੀਆਂ ਵੋਟੀਆਂ 'ਤੇ ਪਰੇਸ਼ਾਨ ਨੇ, ਜਿਹੜੇ ਆਲਰੇਡੀ ਜਿਹਨੀਆਂ ਦੀ ਫਿੰਗਰਸ ਬਰਨ ਹੋ ਗਈਆਂ, ਇਹ ਹੁਣੇ ਹੀ ਹੈ ਮਾਂ ਜੀ ਪਹਿਲਾਂ ਗੱਲ ਕਰਕੇ ਗਏ ਨੇ ਕਿ ਬਈ ਮੇਰਾ ਪਤੀ ਉਹ ਤਾਂ ਪਰੇਸ਼ਾਨ ਨੇ, ਸ਼ੀ ਇਜ਼ ਨੋਟ ਸੈਟਿਸਫਾਈਡ, ਔਰ ਸੈਕਸ ਵਾਸਤੇ ਤਾਂ ਆਮ ਦੁਨੀਆ ਵਿੱਚ ਕਹਾਵਤ ਹੈ ਕਿ ਦੋਵਾਂ ਦਾ ਮੈਂਟਲ ਲੈਵਲ ਸੇਮ ਹੋਣਾ ਚਾਹੀਦਾ, ਇਹਦਾ ਤਾਂ ਮੈਂਟਲ ਲੈਵਲ ਪਹੁੰਚਿਆ ਹੋਇਆ,
अशमाने जिन्हें शराब पीती हुई है पत्नी का मेंटल लेवल से विचारी दा कुछ होर है ये किस तरह कहते हैं सैक्स की सैटिस्फैक्शन हो जाती है दिस इज नॉट लॉजिकल एट ऑल मैडिकली भी नहीं बायोलॉजिकली भी नहीं किसी भी तरीके नाल गल ते पूरी नहीं उतर रही सैक्स की डेफिनेशन भी जो कह रहे हैं जदों दोवां दा तल आत्मक तल बराबर होना चाहिए तो उस भोग नूं एंजॉय कर सकनगे तो यह तो दोवां दा आत्मक तल ही बिल्कुल ही जमीन ते आसमान दा है नॉर्थ साउथ दा है सो प्लीज़ जे तुसी व्याह पी के कराना है तो बैटर है व्याह ना कराना नैक्सट एनी अदर क्वेश्चन वीर जी की शराब ना पीने नाल असी बिरादरी तो कट जाने हाँ कि साडा जिहड़ा शराब नहीं पींदा वह अंदरों खोखला मनिया जाता है असी जिस तरह असी किधरे जाइए तो साढ़े नाल टिचकरे होंदे हन ते असी इस तरह ते सोसाइटी तो कट जावांगे बिल्कुल अलग पै जावांगे ये तुहाडा क्वेश्चन है कि तुहाडी जस्टिफिकेशन है मन लगता है क्वेश्चन है इजंट इट इस सानू भुलेख है कि असी कट जावांगे जेकर सौ नहीं लख लख नहीं करोड़ा कां रल के हंस नू कुछ भी कहना हंस कां नहीं हो जाएगा पर एक गल वक्री है कि कां 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 ही करते रहते हैं कावां दी सोसाइटी च बहना चाहिदा भी नहीं है जिवें अखाण है इफ यू वॉन्ट टू फ्लाई फ्लाई विद ईगल्स इफ यू वॉन्ट टू राइज डोंट सिट विद द टर्कीज तो यह सोचना है कि कैसी सोसाइटी चाहिए है ऐसी सोसाइटी तो असी बाज आए सो मेरी यह बेनती है कि समाज विच प्रवान होइए जा ना होइए ऐसा समाज तो साढ़े काम का ही नहीं है सत्संगत कैसी जानी है जिथे एको ना विखाणी है सानू सच दी संगत दे नाल जुड़ना है सच दी संगत दी असी विचार सांझ करनी है सच दी संगत विच उठना बैठना खाना पीना है उन्हां नाल नफरत नहीं करनी है पर अपने बारे जाग पैना है यही तो सारे सब्जेक्ट असी समझण दा जतन कीता सो प्लीज़ डोंट फील योर सैल्फ कि तुसी कॉर्नर हो जाओगे समाज तो टुट जाओगे हाँ ये कह सकते हो राम जी की संगत में आ जाएंगे या दुनियावी शैतानियत की दुनिया से छूट के गुरु गोबिंद सिंह जी दे आनंदपुर साहब वाली संगति च आ जाओ वीर जी मेरे फ्रेंड दे फादर बहुत ड्रिंक करते हैं तो मैं और सानू स्कूल सिखाया जाता कि ड्रिंक करना अच्छी बात नहीं है तो शी इज़ वेरी कन्फ्यूज तो एक दिन व्हेन शी आस्क्ड हर फादर कि पापा कि ऐसा करना ना गलत काम होता है हमें स्कूल में ये बताते हैं तो उसके पापा कहते हैं कि नहीं जी मैं जब थकान होती है मेरे को इतना सारा काम करके आता हूँ तो इसलिए मैं ये थकान उतारती है तो वो बच्ची कहती है कि तो पापा मैं भी होमवर्क इतना सारा करना है इतनी थक के आई हूँ तो मेरे को भी थोड़ी सी दो ना तो उसको खींच के चपेट मारते हैं वो कहते हैं कि ये बच्चों के लिए नहीं होती है नाउ शी इज़ इन वेरी शी इज़ वेरी डिप्रेस तो व्हाट शुड शी डू बैठो बच्चे बड़ा ही टफ जहा क्वेश्चन है काश उस बच्चे ने पापा जी जवाब देन मैं तो हार गया ऐसे बच्चे नूं हुण कौन बचाए ऐसे पापे नूं हुण कौन दसे कि वो आन वाली जनरेशन्स वास्ते उन्हां दी जड़ां विच की नुकसान पहुँचा रहा है की पोल्यूशन क्रिएट कर रहा है क्योंकि जे उहदी बच्ची हुणे नाजुक कली है जिहड़ी वो जे वड्डी होंदी गई और इस गल नूं एक्सैप्ट ही कर गई तो वो वड्डी होके कहेगी कि मेरा रिश्ता ना शराबीए नाल कराओ क्योंकि मैं ऐसे लोग वेखे ने मैं ऐसे रिश्ते टुटते वेखे ने जिथे कुड़ी कहती है मुंडा ही ना
ਬਿਲਕੁਲ ਹੀ ਬੈਕਵਰਡ ਜਿਹਾ, ਉੱਕਾ ਹੀ ਗਊ ਜਿਹਾ, ਬਿਲਕੁਲ ਨਹੀਂ ਪੀਂਦਾ। ਮੈਂ ਆਪਣੇ ਘਰ ਯੂਜ਼ ਟੂ ਹਾਂ, ਮੈਂ ਆਪਣੇ ਮਾਂ ਪਿਓ ਨਾਲ ਕਿੱਟੀ ਪਾਰਟੀਆਂ 'ਤੇ ਜਾਂਦੀ ਹਾਂ, ਉੱਥੇ ਸਭ ਪੀਂਦੇ ਨੇ, ਤਾਂ ਉੱਕਾ ਹੀ ਅਸੀਂ ਕਿੱਟੀ ਤੋਂ ਹੀ ਟੁੱਟ ਜਾਵਾਂਗੇ, ਉੱਕਾ ਹੀ ਪਾਰਟੀਆਂ ਹੀ ਨਹੀਂ ਜਾ ਸਕਾਂਗੇ। ਸੋ ਮਾਂ ਪਿਓ ਜੀ, ਮੈਂ ਇਸ ਮੁੰਡੇ ਨਾਲ ਵਿਆਹ ਨਹੀਂ ਜੇ ਕਰਾਉਣਾ, ਮੇਰੇ ਵਾਸਤੇ ਮੁੰਡਾ ਲੱਭੋ ਜਿਹੜਾ ਸ਼ਰਾਬੀਆ ਹੋਵੇ, ਪਰ ਉਹਨੂੰ ਨਹੀਂ ਪਤਾ ਕਿ ਨਰਕ ਉਹ ਕੀ ਮੰਗ ਰਹੀ ਹੈ। ਉਹ ਸ਼ਰਾਬ ਤਾਂ ਪੀ ਕੇ ਆਏਗਾ, ਪਰ ਉਹ ਰਾਤ ਨੂੰ ਤੇਰੇ ਕੋਲੋਂ ਬੂਟ ਲਵਾਏਗਾ, ਉਹ ਰਾਤੀ ਤੈਨੂੰ ਕੁੱਟੇਗਾ, ਫਿਰ ਤੈਨੂੰ ਕਹੇਗਾ ਮੈਨੂੰ ਰੋਟੀ ਖਵਾ, ਫਿਰ ਤੈਨੂੰ ਕਹੇਗਾ ਮੈਨੂੰ ਆਪਣਾ ਤਨ ਦੇ, ਤਾਂ ਤੈਨੂੰ ਬਹੁਤ ਨੁਕਸਾਨ ਪਹੁੰਚਾਏਗਾ। ਇਸ ਕਰਕੇ ਐਸੀ ਵਾਲੀ ਬੱਚੀ ਨੂੰ ਨਾ ਐਸੇ ਵਾਲੇ ਸਮਾਜ ਤੋਂ ਬਚਾਉਣ ਵਾਸਤੇ ਸਾਨੂੰ ਲਿਵਿੰਗ ਟ੍ਰੈਜਰ ਵੱਲੋਂ ਜਾਂ ਕੋਈ ਵੀ ਧਾਰਮਿਕ ਸੰਸਥਾ ਵੱਲੋਂ ਜਾਂ ਸਰਕਾਰ ਵੱਲੋਂ ਜਾਂ ਕੋਈ ਵੀ ਸਮਾਜ ਦੇ ਮਨੁੱਖਾਂ ਵੱਲੋਂ ਜਾਂ ਹਿਊਮੈਨਿਟੀ ਦਾ ਦਮ ਭਰਨ ਵਾਲਿਆਂ ਵੱਲੋਂ ਨਾ ਕੋਈ ਉਪਰਾਲਾ ਕਰਨਾ ਚਾਹੀਦਾ ਕਿ ਸਾਡੇ ਭਾਰਤ ਦੀਆਂ ਐਸੀਆਂ ਕਲੀਆਂ ਮੁਰਝਾ ਨਾ ਜਾਣ। ਤੁਹਾਡੇ ਸਭ ਦਾ ਮੈਂ ਖਿਮਾ ਦਾ ਜਾਚਕ ਹਾਂ। ਮੈਂ ਉਮੀਦ ਕਰਦਾ ਕਿ ਸਾਨੂੰ ਆਪਣੇ ਹਰ ਕਿਸਮ ਦੇ ਨਸ਼ੇ ਅਤੇ ਐਲਕੋਹਲ ਦੇ ਨਸ਼ੇ ਬਾਰੇ ਸਾਨੂੰ ਸ਼ਾਇਦ ਕੋਈ ਅਵੇਅਰਨੈਸ ਆ ਸਕੇ ਅਤੇ ਅਸੀਂ ਜਾਗ ਸਕੀਏ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਮਸਕਾਰ, ਰਾਮ ਰਾਮ, ਗੁੱਡ ਈਵਨਿੰਗ ਐਂਡ ਖੁਦਾ ਹਾਫਿਜ਼।